ਮੇ ਕਾਰਜ

i was a topper in the class i'm first-generation entrepreneur in the family in the throughout the family i thought <laughs> i could degree, a degree देखो देखो 40 डिग्री नहीं है एक्सपीरियंस है साडा ਜਿਹੜਾ ਲਾਰਜੇਸਟ ਰੈਵਨਿਊ ਹੈ ਯੂਐਸ ਤੋਂ ਆਂਦਾ ਤੇ ਇੰਡੀਆ ਚ ਆਈ ਥਿੰਕ ਪੰਜ ਆਫਿਸਸਸ ਹੈ ਪੂਨੇ, ਦਿੱਲੀ, ਬੈਂਗਲੁਰ, ਚੰਡੀਗੜ੍ਹ ਵੀ ਹੈ ਜਿੱਦ ਜਿੰਨੀ ਯੂਪੀਆਈ ਐਪਲੀਕੇਸ਼ਨਸ ਯੂਜ਼ ਕਰਦੇ ਹੋ ਦੀ ਸਿਕਿਉਰਿਟੀ ਅਸੈਸਮੈਂਟ ਅਸੀਂ ਕਰਦੇ ਹਾਂ ਤੁਸੀਂ ਕੋਈ ਵੀ ਸਟਾਕ ਬਾਏ ਕਰਦੇ ਹੋ ਬੰਗਲੌਰ ਸਟਾਕ ਐਕਸਚੇਂਜ ਸੇ ਦੈਟ ਕੰਪਨੀਸ ਇਸ ਅਸੈਸਮੈਂਟ ਇਸ ਡਨ ਬਾਈ ਅਸ ਨੈਸ਼ਨਲ ਸਟਾਕ ਐਕਸਚੇਂਜ ਸੇ ਕਰਦੇ ਹੋ ਦੈਟ ਇਜ਼ ਆਲਸੋ ਡਨ ਬਾਈ ਅਸ ਸੋ ਸਾਡਾ ਮੋਟਿਵੇ ਹੈ ਕਿ ਹਰ ਲਾਈਫ ਨੂੰ ਇੰਪੈਕਟ ਕਰੀਏ ਇਨ ਅ ਗੁੱਡ ਵੇਸ ਫਰਸਟ ਇੰਡੀਅਨ ਵੋ ਵਾਈਸ ਪ੍ਰੈਜ਼ੀਡੈਂਟ ਆਫ ਦਿ ਯੂਆਈ। ਤੇ ਵੀ ਆਪਣੇ ਮਾਮ ਦਾ ਸੁਪਨਾ ਤੋੜਦਾ। ਤੇ ਮੇਰੇ ਬ੍ਰਦਰ ਤੋਂ ਅੱਗੇ ਨਹੀਂ ਵਧੇ। ਮੇਰੇ ਬ੍ਰਦਰ ਨੇ ਕਹ ਪੁਰਾ ਕੀਤਾ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਦੁਨੀਆ ਦੇ ਵਿੱਚ ਜੋ ਲੋਕਾਂ ਨੂੰ ਇਨਸਪਾਇਰ ਕਰਦੇ ਨੇ। ਕੁਝ ਲੋਕ ਹੁੰਦੇ ਨੇ ਜਿਹੜੇ ਇਨਸਪਾਇਰ ਕਰਦੇ ਨੇ ਕੁਝ ਲੋਕਾਂ ਨੂੰ। ਮ ਸ਼ਾਇਦ ਉਹਨਾਂ ਦੀ ਗਿਣਤੀ 50 100 ਹਜ਼ਾਰ ਦੇ ਵਿੱਚ ਹੋਵੇ ਕੁਝ ਲੋਕ ਹੁੰਦੇ ਨੇ ਜਿਹੜੇ ਬਹੁਤ ਲਾਰਜ ਨੰਬਰ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਮਿਲੀਅਨਸ ਪੀਪਲ ਨੂੰ ਇਨਸਪਾਇਰ ਕਰਦੇ ਨੇ ਉਹਨਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਪਰ ਸਪੈਸ਼ਲ ਬਹੁਤ ਹੁੰਦੇ ਨੇ ਤੇ ਅੱਜ ਦੇ ਇਸ ਸਪੈਸ਼ਲ ਸ਼ੋਅ ਦੇ ਵਿੱਚ ਸਾਡੇ ਨਾਲ ਇੱਕ ਸਪੈਸ਼ਲ ਗੈਸਟ ਮੌਜੂਦ ਨੇ ਤ੍ਰਿਸ਼ਨੀਤ ਅਰੋੜਾ ਜੀ ਸਰ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਸ਼ੁਕਰੀਆ ਮੈਂ ਬਹੁਤ ਸਾਰੀ ਇੰਟਰੋਡਕਸ਼ਨ ਦੇ ਸਕਦਾ ਸੀਗਾ ਪਰ ਮੈਨੂੰ ਲੱਗਦਾ ਕਿ ਇਹਨਾਂ ਦੇ ਨਾਮ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੈ ਪਰ ਉਸ ਤੋਂ ਜ਼ਿਆਦਾ ਇੰਪੋਰਟੈਂਟ ਇਹ ਹੈ ਕਿ ਤੁਸੀਂ ਇਨਸਪਾਇਰ ਕਰ ਰਹੇ ਹੋ ਮੈਂ ਇਸ ਕਰਕੇ ਚੂਸ ਕੀਤਾ ਕਿ ਮੈਂ ਇਨਸਪੀਰੇਸ਼ਨ ਦੀ ਗੱਲ ਕਰਾਂ ਕਿ ਹਾਂ ਤ੍ਰਿਸ਼ਨੀਤ ਅਰੋੜਾ ਕਿੰਨੇ ਲੋਕਾਂ ਨੂੰ ਇਨਸਪਾਇਰ ਕਰ ਰਹੇ ਹਨ ਕਿ ਜਿਨ੍ਹਾਂ ਨੇ ਆਪਣੀ ਕੈਰੀਅਰ ਨੂੰ ਸ਼ੁਰੂ ਕੀਤਾ ਹੈ ਜਾਂ ਕਰਨਾ ਹੈ ਜਾਂ ਆਪਣੀ ਏਜ ਦੇ ਵਿੱਚ ਟੀਨੇਜ ਤੋਂ ਅੱਗੇ ਵੱਧ ਰਹੇ ਨੇ ਇਨਫੈਕਟ 30s 40s ਦੇ ਵਿੱਚ ਨੇ ਉਹ ਉਹ ਉਹਨਾਂ ਦੇ ਲਈ ਵੀ ਇਨਸਪੀਰੇਸ਼ਨ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਦਾ ਨਿਊਜ਼ਟੈਂਡ ਬਹੁਤ ਬਹੁਤ ਸ਼ੁਕਰੀਆ ਬਰਤ ਚਲੋ ਮੈਂ ਸ਼ੁਰੂਆਤ ਕਰਦਾ ਹਾਂ ਮੈਂ ਬਹੁਤ ਸਾਰੇ ਸਵਾਲ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਪੂਰੀ ਗੱਲਬਾਤ ਨੂੰ ਪਰ ਦੋ ਦਿਨ ਸੈਗਮੈਂਟਸ ਰੱਖੀਏ ਇੱਕ ਤੁਹਾਡੀ ਆਪਣੀ ਪਰਸਨਲ ਲਾਈਫ ਇਕਲੇਮਨ ਕੁਐਸ਼ਨਸ ਹੋਣਗੇ ਤੇ ਇੱਕ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜਾ ਤੁਹਾਡਾ ਪੂਰਾ ਬਿਜ਼ਨਸ ਕਿਸ ਤਰੀਕੇ ਨਾਲ ਤੁਸੀਂ ਉਸ ਨੂੰ ਅੱਗੇ ਚਲਾ ਰਹੇ ਹੋ ਮੈਂ ਥੋੜਾ ਜਿਹਾ ਇੰਟਰੋਡਕਸ਼ਨ ਫੇਰ ਵੀ ਦੇ ਦਵਾ ਤ੍ਰਿਸ਼ਨੇ ਤਰੋੜਾ ਇਸ ਸਮੇਂ टीएसी ਜ ਇਕੱਲੀ ਅਜਿਹੀ ਕੰਪਨੀ ਹੈ ਜੋ ਸਟਾਕ ਮਾਰਕੀਟ ਦੇ ਵਿੱਚ ਲਿਸਟਡ ਹੋਈ ਹੈ ਸਿਕਿਉਰਿਟੀ ਕੰਪਨੀ ਸਾਈਬਰ ਸਿਕਿਉਰਿਟੀ ਕੰਪਨੀ ਫੌਬਸ 30 ਅੰਡਰ 30 ਦੇ ਵਿੱਚ ਇਹਨਾਂ ਦਾ ਨਾਮ ਆਇਆ ਬਹੁਤ ਸਾਰੇ ਅਵਾਰਡਸ ਨੇ ਮੈਂ ਗਿਣਨ ਲੱਗ ਜਾਂਗਾ ਤਾਂ ਪੂਰੀ ਇੰਟਰਵਿਊ ਉਹਦੇ ਵਿੱਚ ਨਿਕਲ ਜੇਗੀ ਪਰ ਆਪਾਂ ਗੱਲਬਾਤ ਕਰਾਂਗੇ ਨਾਲ-ਨਾਲ ਤੁਹਾਨੂੰ ਹੋਰ ਸਾਰੀਆਂ ਬਹੁਤ ਸਾਰੀਆਂ ਗੱਲਾਂ ਇਹਨਾਂ ਬਾਰੇ ਪਤਾ ਲੱਗਦੀਆਂ ਰਹਿਣਗੀਆਂ ਮੈਂ ਸ਼ੁਰੂਆਤ ਕਰਦਾ ਹਾਂ ਪਹਿਲਾਂ ਤਾਂ ਮੈਂ ਤੁਹਾਡੇ ਨਾਮ ਤੋਂ ਸ਼ੁਰੂਆਤ ਕਰਦਾ ਹਾਂ ਤ੍ਰਿਸ਼ਨੀਤ ਅਰੋੜਾ ਘਰ ਦੇ ਵੀ ਹੀ ਨਾਮ ਲੈਨੇ ਹੈ ਜਾਂ ਕੁਝ ਨਿਕਨੇਮ ਹੈ ਤ੍ਰਿਸ਼ 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 ਜੋ ਕਿਸ ਦਾ ਦਿਲ ਕਰੇ ਜੋ ਨਹੀਂ ਨਹੀਂ ਫੇਰ ਵੀ ਕਿ ਮਮਾ ਪਾਪਾ ਕੁਝ ਨਾਮ ਲੈਂਦੇ ਹੁੰਦੇ ਹਨ ਕਿ ਉਹ ਖੁੰਦਣਾ ਕਿ ਥੋੜਾ ਲਾਡਲਾ ਬੱਚਾ ਹੈ ਔਰ ਇੱਕ ਸਕਸੈਸਫੁਲ ਲਾਡਲਾ ਬੱਚਾ ਹੋਵੇ ਥੋੜਾ ਨਾਮ ਵੀ ਉਸ ਤਰੀਕੇ ਨਾਲ ਹੁੰਦਾ ਹੈ ਦਾ ਘਰ ਦੇ ਵਿੱਚ 3 2.5 ਸਾਲ ਤੱਕ ਮੈਂ ਹੀ ਲਾਡਲਾ ਸੀਗਾ 2.5 ਸਾਲ ਪਹਿਲਾਂ ਮੇਰੀ ਫਤੀਜੀ ਇਹ ਬ੍ਰਦਰ ਦੀ ਬੇਟੀ ਹੈ ਤੇ ਉਸ ਤੋਂ ਬਾਅਦ ਹੁਣ ਉਹ ਲਾਡਲੀ ਹੈ ਸਭ ਤੋਂ ਛੋਟੀ ਹੈ ਘਰ ਚ ਸੋ ਕਿਊਟ ਨਹੀਂ ਨਹੀਂ ਮਰਦਾ ਵੀ ਨਹੀਂ ਫਿਰ ਤੁਹਾਡਾ ਤਾਂ ਨਾ ਹੁਣ ਹੀ ਲਾਡਲਾ ਹੋਣਾ ਮੇਰਾ ਬੰਦਾ ਹੋਣੀ ਹੁਣ ਨਹੀਂ ਮੇਰਾ ਬੰਦਾ ਚਲੋ ਮੈਂ ਸ਼ੁਰੂ ਕਰਦਾ ਹਾਂ ਮੈਂ ਬਹੁਤ ਸਾਰੀ ਕੁਐਸਚਨਸ ਦੇ ਉੱਪਰ ਜਾਵਾਂ ਪਰ ਉਸ ਤੋਂ ਪਹਿਲਾਂ 2 ਦਿਨ ਪਹਿਲਾਂ ਉਸ ਪੁਆਇੰਟ ਤੇ ਮਾਵਾਂਗਾ ਪੂਰੀ ਦੁਨੀਆ ਦੀ ਮਾਈਕਰੋਸਾਫਟ ਦਾ ਇੱਕ ਸਰਵਰ ਡਾਊਨ ਦਾ ਪੂਰੀ ਪਿਕਚਰ ਦੇਖੀ ਹੈ ਹੋ ਸਕਦਾ ਹੈ ਕਿ ਇੰਡੀਅਨਸ ਦੇ ਉੱਤੇ ਪੰਜਾਬੀਆਂ ਦੇ ਉੱਤੇ ਬਹੁਤ ਡਾਇਰੈਕਟਲੀ ਇੰਪੈਕਟ ਉਸ ਤਰੀਕੇ ਨਾਲ ਨਾ ਪਿਆ ਹੋਵੇ ਪਰ ਇੱਕ ਮੈਸੇਜ ਗਿਆ ਕਿ ਜਿਹੜੀ ਟੈਕਨੋਲੋਜੀ ਹੈ ਉਹ ਸਾਡੀ ਜ਼ਿੰਦਗੀ ਤੇ ਬ੍ਰੇਕ ਲਗਾ ਸਕਦੀ ਹੈ ਥੋੜੇ ਉਹ ਸਮਝਾ ਦਿਓ ਕਿ ਕੀ ਉਹ ਸਾਈਬਰ ਅਟੈਕ ਸੀ ਕੀ ਹੋਇਆ ਸੀ ਤੁਹਾਡੀ ਨਜ਼ਰ ਦੇ ਨਾਲ ਉਹ ਪੂਰਾ ਕੀ ਅੱਗੇ ਵੀ ਸਾਨੂੰ ਉਸ ਤਰੀਕੇ ਨਾਲ ਕੁਝ ਫੇਸ ਕਰਨਾ ਪੈ ਸਕਦਾ ਹੈ 100% ਟੈਕਨੋਲੋਜੀ ਆਪਾ ਟੈਕਨੋਲੋਜੀ ਦੇ ਅਰਾਊਂਡ ਆ ਤੇ ਟੈਕਨੋਲੋਜੀ ਦਾ ਸੈਂਟਰ ਪੁਆਇੰਟ ਸਿਕਿਉਰਿਟੀ ਹੈ ਜੀ ਤੁਸੀਂ ਇਸ ਚੀਜ਼ ਨੂੰ ਸਮਝੋ ਵੀ ਇੱਕ ਘਰ ਹੈ ਘਰ ਦੇ ਵਿੱਚ ਲੋਕ ਹੈ ਉਹ ਸਿਕਿਉਰਿਟੀ ਪਾਰਟ ਹੈ ਸਾਈਬਰ ਸਿਕਿਉਰਿਟੀ ਇਜ਼ ਦੈਟ ਹੈ ਨਾ ਤੇ ਜਿਹੜਾ ਆ ਰੀਸੈਂਟ ਬ੍ਰੀਚ ਹੋਇਆ ਉਸ ਇੱਕ ਸਿਕਿਉਰਿਟੀ ਕੰਪਨੀ ਦਾ ਬ੍ਰੀਚ ਸੀ ਸਕਰਾਉਡ ਸਟ੍ਰਾਈਕ ਉਹਦੇ ਕਰਕੇ ਮਾਈਕਰੋਸਾਫਟ ਇੰਪੈਕਟ ਹੋਇਆ ਤਾਂ ਸਾਰਾ ਕੁਝ ਰੁਕ ਗਿਆ ਤੁਸੀਂ ਦੇਖੋ 에어ਪੋਰਟ ਤੇ ਬੋਰਡਿੰਗ ਪਾਸ ਮੈਨੂਅਲ ਮੈਨੂਅਲ ਨਾਲ ਹੋ ਗਏ ਹੈ ਨਾ ਕਿੰਨੀਆਂ ਕੰਪਨੀਆਂ ਰੁਕ ਗੀਆਂ ਸਾਰਾ ਆਪਰੇਸ਼ਨਸ ਰੁਕ ਗਿਆ ਸਾਡਾ ਵੀ ਰੁਕ ਗਿਆ ਤੇ ਤੁਸੀਂ ਦੇਖੋ ਆਪਾਂ ਟੈਕਨੋਲੋਜੀ ਤੇ ਕਿੰਨੇ ਅਰਾਊਂਡ ਡਿਪੈਂਡੈਂਟਸ ਆ ਹੈ ਹਾਂ ਤੇ ਬਟ ਆਪਣੀ ਲਾਈਫ ਉੱਤੇ ਸਟਕ ਹੈ ਜੇ 21 ਮੈਂਟਲੀ ਹੁੰਦਾ ਤਾਂ ਕਿੰਨਾ ਨੁਕਸਾਨ ਹੈ ਕਿੰਨੀ ਲਾਈਫ ਰੁਕ ਜਾਂਦੀ ਹੈ ਸੋ ਅਸੀਂ ਉਸ ਚੀਜ਼ ਤੇ ਕੰਮ ਕਰ ਰਹੇ ਹਾਂ ਉਸ ਦੀ ਇਸੇ ਕਮ ਹੋ ਰਿਹਾ ਚਲੋ ਹੁਣ ਮੈਂ ਥੋੜਾ ਜਿਹਾ ਤੁਹਾਡੇ ਵਾਲੇ ਪਾਸੇ ਵੱਧਦਾ ਪਹਿਲਾਂ ਤੁਹਾਡੇ ਪਰਸਨਲ ਥੋੜੀ ਗੱਲਬਾਤ ਕਰੂੰਗਾ ਮਾ ਥੋੜੀ ਅਰਲੀ ਲਾਈਫ ਦੱਸੋ ਬਹੁਤ ਮੈਂ ਇੰਟਰਵਿਊਸ ਤੁਹਾਡੀਆਂ ਸਾਡੇ ਜਿਹੜੇ ਦਰਸ਼ਕਾ ਉਹਨਾਂ ਨੇ ਵੀ ਸੁਣੀਆਂ ਹੋਣਗੀਆਂ ਇੱਕ 8th ਫੇਲ ਬੜਾ ਇੱਕ ਟੈਗ ਆ ਤੁਹਾਡੇ ਉੱਤੇ ਮੈਂ ਜਦੋਂ 8th ਜਾਂ 9th ਜਾਂ 10th ਦੇ ਵਿੱਚ ਸੀ ਅੱਛਾ ਘਰ ਦੇ ਕਹਿੰਦੇ ਸੀ ਕਿ ਜੇ ਫੇਲ ਹੋ ਗਿਆ ਅਸੀਂ ਵੜਨ ਨਹੀਂ ਦੇਣਾ ਇਹ ਤਾਂ ਇੰਬੈਰੈਸਿੰਗ ਹੁੰਦਾ ਹੈ ਤੁਹਾਡੇ ਲਈ ਇਹ ਇੱਕ ਇੱਕ ਪ੍ਰਾਊਡ ਮੂਮੈਂਟ ਲੱਗਦੀ ਹੈ ਪ੍ਰਾਊਡ ਫੀਲਿੰਗ ਆਨ ਦੇ ਉਸ ਦੇ ਨਾਲ ਕੀ ਹੁੰਦਾ ਦੇਖੋ ਹਾਂ ਕਿਤਨੇ ਕਿਤੇ ਉਹ ਮਾਈਂਡਸ ਦਾ ਰਹਿੰਦਾ ਬਟ ਹਾਲਾਤ ਇਦਾਂ ਦੇ ਕ੍ਰੀਏਟ ਹੋਏ ਕਿ ਵੀ ਮੈਂ ਡ੍ਰੌਪ ਡਾਊਨ ਫਰਮ ਸਕੂਲ ਤੇ ਨੇਮ ਕੰਟੀਨਿਊ ਕੀਤਾ ਮੈਨੂੰ ਨਹੀਂ ਅਪੀਲ ਮੈਨੂੰ ਪਰਸਨਲ ਮੇਰੀ ਚੁਆਇਸ ਹੀ ਵੀ ਨਾਟ ਟੂ ਕੰਟੀਨਿਊ ਮੈਨੂੰ ਅਪੀਲ ਨਹੀਂ ਕਰ ਰਿਹਾ ਸੀਗਾ ਐਜੂਕੇਸ਼ਨ ਸਿਸਟਮ ਅੱਜ ਵੀ ਨਹੀਂ ਕਰ ਰਿਹਾ ਬਟ ਮੈਨੂੰ ਐਡਵੋਕੇਟ ਨਹੀਂ ਕਰਦਾ ਬਸ ਇਹ ਨਾ ਪੜੋ ਮੈਨੂੰ ਅਪੀਲ ਨਹੀਂ ਕੀਤਾ ਤਾਂ ਮੈਨੂੰ ਐਜੂਕੇਸ਼ਨ ਦਾ ਮਤਲਬ ਇਹ ਲੱਗਦਾ ਨੋਲੇਜ ਨੋਲੇਜ ਮੈਂ ਥੋੜਾ ਨਾਲ ਗੱਲ ਕਰਕੇ ਨੋਲੇਜ ਗੇਨ ਕਰ ਸਕਦਾ ਬਿਲਕੁਲ 3 ਡੇਟਸ ਮੂਵੀ ਆਪਾਂ ਦੇਖੀ ਹੋ ਕੇ ਨੇ ਨੋਲੇਜ ਤਾਂ ਗਿਆਨ ਤਾਂ ਹਰ ਜਗ੍ਹਾ ਬਟ ਰਿਹਾ ਹੈ ਜਾਂਸੇ ਮਰਜੀ ਲੇ ਲੋ ਹਨਾ ਤਾਂ ਮੈਨੂੰ ਉਹ এডਿਕੇਸ਼ਨ ਰੇ ਲੱਗਦੀ ਹੈ ایکسپੀਰੀਐਂਸ ਇਸ এডਿਕੇਸ਼ਨ ਤੁਸੀਂ 8th ਡ੍ਰੌਪ ਆਊਟ ਹੋਏ 8th ਫੇਲ ਹੋ ਡ੍ਰੌਪ ਆਊਟ ਡ੍ਰੌਪ ਆਊਟ ਅਜੇ 7th ਪਾਸ ਆਊਟ ਹੋ ਹਾਂਜੀ ਹਾਂਜੀ 7th ਦੇ ਵਿੱਚ ਪੋਜੀਸ਼ਨ ਕੈਸੀ ਸੀ ਤੁਹਾਡੀ ਆਈ ਵਾਸ ਟੋਪਰ ਇਨ ਦ ਕਲਾਸ ਇਟ ਟੋਪਰ ਨੂੰ 8th ਵਿੱਚ ਜਾ ਕੇ ਆਲ ਆਫ ਸਟਨ ਕਿਉਂ ਲੱਗਣ ਲੱਗੇ ਕਿ ਨਹੀਂ ਨਹੀਂ ਇਹ ਪੜਾਈ ਹੈ ਨਹੀਂ ਮੇਰੇ ਕੰਮ ਦੀ ਨਹੀਂ ਪਹਿਲਾਂ ਵੀ ਲੱਗਦਾ ਸੀ ਨਹੀਂ ਐਮਟੋ ਇੱਕ ਫੋਰਸ ਸੀਗੀ ਪੇਰੈਂਟਸ ਦੀ ਫੋਰਸ ਸੀਗੀ ਵੀ ਐ ਨਹੀਂ ਪੜਨਾ ਹੈ ਹੂੰ ਤਾਂ ਫਿਰ ਉਹ ਪੇਰੈਂਟਸ ਨੂੰ ਕਨਵਿੰਸ ਕਰ ਲਿਆ ਉਹ ਮੰਗੇ ਤੋ ਦਿਨਾ ਟਾਪ ਟਾਪ ਅੱਛਾ ਤੁਸੀਂ ਥੋੜੇ ਮੈਨੂੰ ਫੈਮਿਲੀ ਬੈਕਗ੍ਰਾਉਂਡ ਕਿਉਂਕਿ ਸਾਡੇ ਦਰਸ਼ਕ ਮੈਂ ਵੀ ਦੱਸਦਾ ਹਾਂ ਇਸ ਸਮੇਂ ਮਿਲੀਅਨ ਡਾਲਰ ਕੰਪਨੀਆਂਾਂ ਦੀ ਹੈ ਕਈ ਮਿਲੀਅਨਸ ਡਾਲਰ ਦੀ ਕੰਪਨੀ ਹੈ ਔਰ ਮਤਲਬ ਬਹੁਤ ਰਿਚ ਸ਼ਖਸੀਅਤ ਬੈਠਿਆ ਸਾਡੇ ਨਾਲ ਤੇ ਥੋੜੀ ਫੈਮਿਲੀ ਬੈਕਗ੍ਰਾਉਂਡ ਦੱਸੋ ਹੋ ਸਕਦਾ ਲੋਗ ਇਹ ਵੀ ਸੋਚ ਦੇਣ ਕਿ ਤੁਸੀਂ ਬਹੁਤ ਸਟਰੋਂਗ ਹੈ ਤੁਹਾਡੇ ਬਿਜ਼ਨਸ ਹੋਣੇ ਹੈ ਤੁਸੀਂ ਉਹਨੂੰ ਡਿਵੈਲਪ ਅੱਗੇ ਕਰ ਲਿਆ ਤੇ ਤੁਸੀਂ ਇਸ ਪੁਆਇੰਟ ਉੱਤੇ ਪਹੁੰਚੇ ਆਮ ਫਸਟ ਜਨਰੇਸ਼ਨ ਅਨਟਰਪ੍ਰੈਨਿਅਰ ਇਨ ਦੀ ਫੈਮਿਲੀ ਇਨ ਦੀ ਥਰੂਆਊਟ ਦੀ ਫੈਮਿਲੀ ਤੇ ਮੈਂ ਤੁਹਾਨੂੰ ਥੋੜਾ ਬੈਕਗ੍ਰਾਉਂਡ ਦਵਾ ਮੇਰੇ ਦਾਦਾ ਜੀ ਪਾਕਿਸਤਾਨ ਤੋਂ ਆਏ ਸੀ 1947 okay. 1947 ਇਨ ਪਾਰਟੀਸ਼ਨ ਟਾਈਮ ਤੇ ਉਦੋਂ ਕੁਝ ਵੀ ਨਹੀਂ ਸੀ ਸਾਰਾ ਕੁਝ ਉੱਥੇ ਰਹਿ ਗਿਆ ਤਾਂ ਉਹਨਾਂ ਨੇ ਮੇਰੇ ਦਾਦਾ ਜੀ ਉਹਨਾਂ ਦੀ ਸਿਸਟਰ ਤੇ ਮੇਰੇ ਪਰਦਾਦਾ ਜੀ ਆਏ ਸੀ ਤੇ ਉਸ ਤੋਂ ਬਾਅਦ ਬੁੱਟਾ ਲੱਗਿਆ ਵੀ ਐਨਓ ਫੈਮਿਲੀ ਆਫ 100 ਪੀਪਲ ਤੇ ਮੇਰੇ ਫਾਦਰ ਟੈਕਸ ਲੈਂਚਾ ਉਹਨਾਂ ਨੇ ਵੀ ਆਪਣਾ ਕਰੀਅਰ ਬਹੁਤ ਜਲਦੀ ਸਟਾਰਟ ਕੀਤਾ ਆਈ ਥਿੰਕ ਆਫਟਰ 10th ਫਿਰ ਉਹਨਾਂ ਨੇ ਆਪਣੇ ਗ੍ਰੈਜੂਏਸ਼ਨ ਪਰ ਸਕੋਟੀ ਸੈਪਰੇਟਲੀ ਤੇ ਉਸ ਤੋਂ ਬਾਅਦ ਆਲ I'll tell you ਮੇਰਾ ਬੈਕਗ੍ਰਾਉਂਡ ਵੀ ਕਮ ਫਰੋਂ ਵੈਰੀ ਹੰਬਲ ਬੈਕਗ੍ਰਾਉਂਡ ਮੇਰੇ ਮਮ ਦਾ ਸੁਪਨਾ ਸੀਗਾ ਕਿ ਮੈਂ ਇੱਕ ਚੰਗੇ ਸਕੂਲ ਚ ਪੜਾਂ ਮੇਰੇ ਮਮ ਦਾ ਸੀਗਾ ਵੀ ਇਹ ਪੜਾਉਣਾ ਇੱਕ ਹੈ ਨਾ ਬੱਚਿਆਂ ਨੂੰ ਪੜਾਉਣਾ ਤੁਸੀਂ ਆਪਣੇ ਮਮ ਦਾ ਸੁਪਨਾ ਤੋੜਤਾ ਤੇ ਮੇਰੇ ਬ੍ਰਦਰ ਅੱਗੇ ਨਹੀਂ ਵਧੇ ਮੇਰੇ ਬ੍ਰਦਰ ਨੇ ਪੂਰਾ ਕੀਤਾ ਮੈਂ ਬ੍ਰਦਰ ਡੈਡ ਇੰਜੀਨੀਅਰਿੰਗ ਹੈਜ਼ ਡਨ ਬੀਟੈਕ ਤੇ ਮੈਂ ਫਾਦਰ ਦੀ ਉਹ ਤੋਂ ਸੈਲਰੀ ਆਈ ਥਿੰਕ ਮੰਥਲੀ ਸੈਲਰੀ 1500 ਸੀ ਕਿਹੜੇ ইয়ার ਦੀ ਗੱਲ ਹੈ ইয়ার ਜਦੋਂ ਮੈਂ ਸਕੂਲ ਚ ਗਿਆ ଥିਂ ਮਤਲਬ ਰਾਉਂਡ 9 996 97 ਦੇ ਆਸਪਾਸ 97 98 ਦੇ ਆਸਪਾਸ ਤਾਂ ਮੈਨੂੰ ਉਹਨਾਂ ਨੇ ਸਕੂਲ ਪਾਇਆ ਜਿੱਦੀ ਫੀਸ 400 ਸੀ ਪਰ ਮੰਥ 1500 ਸੈਲਰੀ 400 ਫੀਸ ਹਾਂਜੀ ਹਮ ਤੇ ਇੱਕ ਉਹਨਾਂ ਦੋਸ ਸੀਗਾ ਵੀ ਆਪਣੇ ਸਿੱਖੀ ਨਾਲ ਜੁੜਿਆ ਰਵੇ ਤਾਂ ਮੈਂ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਚ ਮਿਲ ਪਾਇਗਾ ਦਾ ਫਸਟ ਸਾਡਾ ਪੀਰੀਅਡ ਹੁੰਦਾ ਸੀਗਾ ਸਿੱਖ ਹਿਸਟਰੀ ਤੇ ਹੁੰਦਾ ਸੀ ਤੇ that is how ਆਫ ਉੱਥੋਂ ਸਟਾਰਟ ਕਰਦੇ ਕਰਦੇ ਅੱਜ ਇੱਥੇ ਪਹੁੰਚ ਕੇ ਅੱਛਾ ਤੁਹਾਡੇ ਕੋਲ ਕੋਈ ਡਿਗਰੀ ਹੈ ਇਸ ਟਾਈਮ ਨੇ ਕੋਈ ਡਿਗਰੀ ਕੋਈ ਡਿਗਰੀ ਨਹੀਂ ਹੈ ایکسپੀਰੀਅੰਸ ਹੈ ایکسپੀਰੀਅੰਸ ਵਾਲੀ ਡਿਗਰੀ ਹੈ ਨਿਤ ਤੁਸੀਂ ਫਿਰ ਕੀ ਰეკਮੈਂਡ ਕਰੋਗੇ ਬੱਚਿਆਂ ਨੂੰ ਕਿ ਜਿਨ੍ਹਾਂ ਨੂੰ ਲੱਗ ਰਿਹਾ ਕਿ ਨਹੀਂ ਨਹੀਂ ਸਟੱਡੀ ਮੇਰੇ ਕੰਮ ਦੀ ਨਹੀਂ ਹੈ ਉਹ ਕੀ ਕਰਨ ਨਹੀਂ ਨਹੀਂ ਸਟੱਡੀ ਨੂੰ ਤੁਹਾਡੇ ਤੋਂ ਇਨਸਪਾਇਰ ਹੋਣ ਵਾਲੇ ਇਨਸਪਾਇਰ ਹੋਣ ਵਾਲੇ ਕਿ 8th ਡਰਾਪਆਊਟ ਕਿੱਥੇ ਪਹੁੰਚ ਗਿਆ ਮੈਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੋਈ ਸੋਚ ਰਿਆ ਹੋਣਾ ਬੈਠਾ ਬਿਲਕੁਲ ਦੋ ਲਗ ਲਗ ਲਾਈਨ ਹੈ ਇੱਕ ایکسپੀਰੀਅੰਸ ਦੀ ਲਾਈਨ ਹੈ ਇੱਕ ਤਾਂ ਜੁਰਬੇ ਦੀ ਹੈ ਇੱਕ ਸਟੱਡੀ ਦੀ ਹੈ ਜਿਹਨੂੰ ਜੋਪੀਲ ਕਰਦਾ ਉਹਨੂੰ ਕਰਨਾ ਚਾਹੀਦਾ ਹੈ ਤੁਹਾਡੇ ਅੰਦਰੋਂ ਆਵਾਜ਼ ਆਣੀ ਚਾਹੀਦੀ ਹੈ ਪਰਪਸ ਕਲੀਅਰ ਹੋਣਾ ਚਾਹੀਦਾ ਲ ਫਮ ਨਾਟ ਰੌਂਗ ਤੁਹਾਡੀ ਏਜ ਹੋਏਗੀ 12 13 ਸਾਲ ਹਾਂਜੀ ਕੁਝ ਅਪ੍ਰੋਕਸੀਮੇਟਲੀ 12ਵਾਂ ਸਾਲ ਦੇ ਬੱਚੇ ਨੂੰ ਅੰਦਰੋਂ ਤਾਂ ਬਹੁਤ ਸਾਰੀ ਆਵਾਜ਼ਾਂ ਆਉਂਦੀਆਂ ਉਹ ਰਾਤ ਨੂੰ ਸੌਂਦਾ ਹੋਣ ਲੱਗਦਾ ਕਿ ਮੈਂ ਕ੍ਰਿਕਟਰ ਬਣ ਸਕਦਾ ਹਾਂ ਸਵੇਰੇ ਉੱਠ ਕੇ ਬਾਟ ਗਰਾਊਂਡ 'ਚ ਪਹੁੰਚ ਜਾਂਦਾ ਅਗਲੇ ਦਿਨ ਉਹਨੂੰ ਆਲ ਆਫ ਸਡਨ ਲੱਗਦਾ ਨਹੀਂ ਨਹੀਂ ਮੈਂ ਤਾਂ ਸੌਕਰ ਬਹੁਤ ਵਧੀਆ ਫੁੱਟਬਾਲ ਵਧੀਆ ਖੇਡ ਸਕਦਾ ਇਹ ਅੰਦਰੋਂ ਜਿਹੜੀ ਆਵਾਜ਼ ਫਿਲਟਰ ਕਰਕੇ ਇੱਕ ਆਵਾਜ਼ ਨੂੰ ਪਕੜਨਾ ਕਿਵੇਂ ਪੋਸੀਬਲ ਹੋਇਆ ਆਈ ਥਿੰਕ ਰੱਬ ਦੀ ਇੱਕ ਦੁਆ ਸੀ ਜਾਂ ਰੱਬ ਦਾ ਸਾਥ ਨਾਂ ਉਹ ਤੋਂ ਬਿਨਾ ਤਾਂ ਕੋਈ ਵੀ ਕੁਝ ਵੀ ਨਹੀਂ ਹੈ ਜੀ ਤੋਂ ਮਨ ਲਾਦਾ ਪਰਪਸ ਹੈਗਾ ਵੀ ਕੁਝ ਕ੍ਰੀਏਟ ਕਰਨਾ ਹੈ ਕੁਝ ਡਿਫਰੈਂਟ ਕਰਨਾ ਹੈ ਤੋਂ ਪਰਪਸ ਨੇ ਆਈ ਥਿੰਕ ਹੁਆਮ ਆਮ ਨੋਬਾਡੀ ਟੂ ਡੂ ਸੋ ਤੇ ਆਪਾਂ ਅੱਜ ਮੈਂ ਕਹਿਦਾ ਵੀ ਮੈਂ 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 ਕੁਝ ਨਹੀਂ ਉਹ ਤਾਂ ਰੱਬ ਦੀ ਦੁਆ ਹੁੰਦੀ ਹੈ ਤਾਂ ਕਰਕੇ ਬੰਦਾ ਪਹੁੰਚਦਾ ਹੈ ਤੇ ਪਰਪਸ ਮਿਲਿਆ ਤਾਂ 아이 ਥਿੰਕ ਕੁਡ ਬੇ ਬਲ ਠੀਕ ਮਤਲਬ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਫੈਮਲੀ ਬੈਕਗ੍ਰਾਉਂਡ ਨਹੀਂ ਸੀ ਥੋੜਾ ਮੈਨੂੰ ਦੱਸੋ ਕਿ ਹੋਰ ਫੈਮਲੀ ਦੇ ਵਿੱਚ ਕੌਣ ਹੈ ਬਾਕੀ ਕਿਸ ਤਰੀਕੇ ਨਾਲ ਉਹਨਾਂ ਦੀ ਸਟੱਡੀ ਰਹੀ ਹੈ ਤੁਸੀਂ ਆਪਣੇ ਬ੍ਰਦਰ ਦਾ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਨੇ ਇੰਜੀਨੀਅਰਿੰਗ ਕੀਤੀ ਤੇ ਉਹ ਪੈਰਲਰ ਹੁੰਦਾ ਨਹੀਂ ਸੀ ਇੱਕ ਹੁਸ਼ਿਆਰ ਬੱਚਾ ਇੱਕ ਨਲਾਇਕ ਬੱਚਾ ਉਹ ਕੰਮ ਤਾਂ ਨਹੀਂ ਸੀ ਤੁਹਾਡੇ ਨਾਲ ਬਿਲਕੁਲ ਨਹੀਂ ਸੀ ਕਿਵੇਂ ਕਿਵੇਂ ਕਰਦੇ ਕਿਵੇਂ ਹੈਂਡਲ ਕਰਦੇ ਸੀ ਮੈਂ ਕਹਿੰਦਾ ਕਰਦੇ ਛੱਡੋ ਜਿਹੜੇ ਗਵਾਂਡੀ ਹੁੰਦੇ ਆ ਉਹ ਜ਼ਿਆਦਾ ਉਹਨਾਂ ਦੀ ਟੈਨਸ਼ਨ ਹੁੰਦੀ ਹੈ ਕਿ ਨਹੀਂ ਮੈਂ ਤੁਹਾਨੂੰ ਇੱਕ ਬਹੁਤ ਫਨੀ ਸਟੋਰੀ ਦੱਸਦਾ ਮੇਰੇ ਜਦੋਂ ਸਕੂਲ ਦੇ ਵਿੱਚ ਪੇਰੈਂਟਸ ਟੀਚਰ ਮੀਟਿੰਗ ਹੁੰਦੀ ਹੈ ਤਾਂ ਮੇਰੇ ਸਕੂਲ ਜਾਂਦੇ ਸੀਗੇ ਤੇ ਟੀਚਰ ਕਹਿੰਦੇ ਸੀ ਇਦਾਂ ਦਾ ਬੱਚਾ ਨਹੀਂ ਸਾਡੇ ਸਕੂਲ ਆਏਗਾ ਤੇ ਮੇਰੇ ਬ੍ਰਦਰ ਦੇ ਵੀ ਕਹਿੰਦੇ ਸੀਗੇ ਇਦਾਂ ਦਾ ਬੱਚਾ ਨਹੀਂ ਸਾਡੇ ਸਕੂਲ ਆਏਗਾ ਮੈਂ ਕਦੇ ਇੱਕ ਪਾਸੇ ਹੱਥ ਜੋੜਦੇ ਸੀ ਇੱਕ ਪਾਸੇ ਮੌਲ ਨੂੰ ਜੁੜਨੇ ਪੈਂਦੇ ਸੀ ਨਹੀਂ ਚਲ ਬੜਾ ਇੰਟਰਸਟਿੰਗ ਹੈ ਤੇ ਤੁਹਾਡੀ ਫੈਮਿਲੀ ਚ ਹੋਰ ਤੁਹਾਡੇ ਬ੍ਰਦਰ ਫਾਦਰ ਮਦਰ ਅੱਛਾ ਤੇ ਮੇਰੇ ਅਸਿਸਟਰ ਇਨ ਲਾਉ ਤੇ ਮੇਰੀ ਭਤੀਜੀ ਕਾਇਨਾਸ ਤੇ ਚਲੋ ਭਤੀਜੀ ਦਾ ਤੁਸੀਂ ਜ਼ਿਕਰ ਕਰੀ ਜੋ ਕਿਉਂਕਿ ਦੋ ਢਾਈ ਸਾਲ ਤੋਂ ਫੇਵਰਿਟ ਹੈ ਲਾਡਲੀ ਹੈ ਪੂਰੇ ਪਰਿਵਾਰ ਦੀ ਪਰ ਹੁਣ ਫੈਮਿਲੀ ਪੂਰੇ ਤੁਹਾਡੇ ਨਾਲ ਪੂਰੀ ਫੈਮਿਲੀ ਬਿਜ਼ਨਸ ਦੇ ਵਿੱਚ ਹੈ ਜਾਂ ਤੁਸੀਂ ਇਕੱਲੇ ਨਹੀਂ ਹਰ ਬੰਦੇ ਦਾ ਆਪਣੇ ਆਪਣੇ ਡਿਊਟੀਜ਼ ਹਨ ਮੇਰਾ ਬ੍ਰਦਰ ਹੈਜ਼ ਅ ਡਿਫਰੈਂਟ ਬਿਜ਼ਨਸ ਮੇਰਾ ਆਪਣਾ ਹੈ ਨਾ ਬਟ ਸਾਰੇ ਮੈਨੂੰ ਸਾਥ ਦਿੰਦੇ ਹੈ ਸਾਰੇ ਮੇਰੇ ਆਸ-ਪਾਸ ਹੀ ਹੈ ਤਾਂ ਇੱਕ ਮੇਰੇ ਪੇਰੈਂਟਸ ਦੀ سپورਟ ਕਰਕੇ ਸਾਰਿਆਂ ਦੀ ਫੈਮਿਲੀ ਦੀ سپورਟ ਕਰਕੇ ਮੈਂ ਚੱਲਿਆ ਫਿਰਦਾ ਹੂੰ ਤੇ ਉਹ ਠੀਕ ਹੈ ਫੈਮਿਲੀ ਦੀ سپورਟ ਤਾਂ ਡੈਫੀਨਿਟਲੀ ਹੁੰਦੀ ਹੈ ਮੈਂ ਤੁਹਾਡੀ ਫੈਮਿਲੀ ਤੋਂ ਥੋੜਾ ਜਿਹਾ ਅੱਗੇ ਬਦਾਂ ਕਿਸ ਤੁਸੀਂ ਥੋੜੇ ਜਿਹਾ ਪਹਿਲਾਂ ਇਹ ਦੱਸੋ ਕਿ ਜਦੋਂ ਆਪਾਂ ਹੈਕਿੰਗ ਦੀ ਗੱਲ ਕਰਦੇ ਨਾ ਮੈਂ ਸਟਾਰਟਿੰਗ ਦੇ ਵਿੱਚ ਇਨਸਪੀਰੇਸ਼ਨ ਦਾ ਜ਼ਿਕਰ ਕੀਤਾ ਬਹੁਤ ਸਾਰੇ ਤੁਸੀਂ ਅਵਾਰਡ ਆਲਰੇਡੀ ਲੈ ਚੁੱਕੇ ਹੋ ਮੈਂ ਤੁਹਾਡੇ ਬਾਰੇ ਪੜ੍ਹ ਰਿਹਾ ਸੀ ਤੇ ਮੈਨੂੰ ਲੱਗ ਰਿਹਾ ਸੀ ਕਿ ਕਾਈਂਡ ਆਫ ਇਹ ਪਰਸਨ ਹੈ ਜੋ ਹੈਕਿੰਗ ਕਿੰਗ ਹੈ ਮੈਂ ਇੱਕ ਮੂਵੀ ਮੈਨੂੰ ਯਾਦ ਆ ਰਹੀ ਹੈ ਤੁਸੀਂ ਹੈਕਿੰਗ ਕਦੋਂ ਸ਼ੁਰੂ ਕੀਤੀ ਪਹਿਲਾਂ ਮੈਂ ਮੂਵੀ ਦੇ ਉੱਪਰ ਫੇਰ ਆਵਾਂਗਾ ਆਈ ਥਿੰਕ ਉਹ ਹੀ ਇਟਸ ਕਰਕੇ ਉਹ ਹੈਕਿੰਗ ਕਰਕੇ ਨਹੀਂ ਮਤਲਬ ਤੁਸੀਂ ਹੈਕਿੰਗ ਕੀ ਕੀਤਾ ਥੋੜਾ ਸਮਝਾਉਣਾ ਕਿ ਕੀ ਹੈਕ ਕਰ ਲਿਆ ਸੀ ਜਿਹੜਾ ਤੁਹਾਨੂੰ ਲੱਗਿਆ ਕਿ ਹਾਂ ਮੈਂ ਹੈਕਿੰਗ ਕੀਤੀ ਹੈ ਜਾਂ ਕਰ ਸਕਦਾ ਸਾਡੇ ਘਰ ਨੇ ਕੰਪਿਊਟਰ ਆਇਆ ਜਦੋਂ ਮੈਂ ਡ੍ਰੌਪ ਆਊਟ ਹੋਣ ਦਾ ਕਾਰਨ ਉਹ ਹੀ ਹੈ ਮੈਂ ਇਟ ਸਟੈਂਡਰਡ ਸੀ ਕੰਪਿਊਟਰ ਆਇਆ ਤੇ ਉਸ ਤੋਂ ਬਾਅਦ ਟੋਟਲ ਫੋਕਸ ਕੰਪਿਊਟਰ ਵਾਲਾ ਕੰਪਿਊਟਰ ਵਾਲਾ ਹੋ ਗਿਆ ਤੇ ਉਹ ਕੰਪਿਊਟਰ ਜ਼ਿਆਦਾ ਦੇਰ ਚੱਲਿਆ ਨਹੀਂ ਕਿਉਂਕਿ ਮੈਨੂੰ ਸ਼ੁਰੂ ਤੋਂ ਆਦਤ ਸੀ ਪੰਗੇ ਲੈਣ ਦੀ ਤਾਂ ਉਹ ਹੋ ਗਿਆ डैड ने वो लैपटॉप ले लिया भी उन लॉक कर लिया भी हम कंप्यूटर तेरा लैपटॉप मेरा मैं अपने तो अपने काम करने हैं तो कंप्यूटर तो चल नहीं रहा लैपटॉप कर पियादा तो पासवर्ड लग लगे हुआ mm. तो ब्रोक दैट पासवर्ड ਤੋ ਪਹਿਲਾ ਮੇਰੇ ਲਈ ਉਹ ਇਨਸੀਡੈਂਟ ਸੀਗਾ ਜਿਹੜਾ ਅਸੀਂ ਹੈਕ ਕੀਤਾ ਆਪਣੇ ਫਾਦਰ ਦਾ ਪਾਸਵਰਡ ਇੰਟਰਸਟਿੰਗ ਹੈ ਤੋ ਤੋ ਇੰਟਰਸਟ ਬਿਲਡ ਹੋ ਗਿਆ ਚ ਯਾਰ ਇਹ ਤਾਂ ਬਹੁਤ ਮੈਜਿਕ ਲੱਗਦਾ ਸੀ ਉਦੋਂ ਤੁਸੀਂ ਅੱਜ ਵੀ ਸਮਝੋ ਨਾ ਉਹ ਪਾਸਵਰਡ ਬ੍ਰੇਕ ਕਰਨਾ ਇੱਕ ਮੈਜਿਕ ਨਹੀਂ ਅੱਜ ਵੀ ਨਹੀਂ ਹੁੰਦਾ ਨਹੀਂ ਹੁੰਦਾ ਅੱਜ ਵੀ ਤੇ ਉਹ ਮੈਜਿਕ ਲੱਗਦਾ ਸੀ ਫਿਰ ਉਦੋਂ ਇੰਟਰਸਟ ਬਿਲਡ ਹੋ ਗਿਆ ਤੇ ਦੈਨ ਦੈਟਸ ਹਾਉ ਉਹਨੂੰ ਪਰਸੇ ਕਰ ਲਿਆ ਉਹਨੂੰ ਪਰਸੇ ਕਰ ਲਿਆ ਅੱਛਾ ਤੁਸੀਂ ਜਦੋਂ ਮੈਂ ਤੁਹਾਡੇ ਕੈਰੀਅਰ ਵਾਲੇ ਬਸ ਜਾਵਾਂ ਤੁਹਾਡੇ ਫਰਸਟ ਕਲਾਇੰਟ ਕੌਨ ਸੀ ਫਸਟ ਕਲਾਇੰਟ ਇੱਕ ਐਜੂਕੇਸ਼ਨ ਇੰਸਟੀਚਿਊਟ ਸੀਗਾ ਆਈ 스타ਟਡ ਫਰਮ ਟ੍ਰੇਨਿੰਗ ਸਟੂਡੈਂਟਸ ਸਾਈਬਰ ਸਿਕਰਿਟੀ ਤੇ ਮੈਂ ਕਿੱਦਾਂ ਮੈਂ ਤੁਹਾਨੂੰ ਉਹ ਦੱਸਦਾ ਨਹੀਂ ਤੁਹਾਨੂੰ ਡਾਇਰੈਕਟਲੀ ਕਿਸੇ ਨੇ ਹਾਇਰ ਨਹੀਂ ਕੀਤਾ ਹੋਵੇਗਾ ਮਤਲਬ ਅੱਜ ਮੈਂ ਤ੍ਰਿਸ਼ਨੀਤ ਅਰੋੜਾ ਦੇ ਨਾਲ ਬੈਠਾ ਹਾਂ ਡਿਫਰੈਂਟ ਥਿੰਗ ਪਰ ਉਸ ਟਾਈਮ ਕੋਈ ਸਕੂਲ ਜਾਂ ਇੰਸਟੀਟਿਊਸ਼ਨ ਤੁਹਾਨੂੰ ਗਏ ਕਿ ਆਓ ਤੁਸੀਂ ਸਾਡੇ ਬੱਚਿਆਂ ਨੂੰ ਇਸ ਗੱਲ ਦੀ ਇਨਫੋਰਮੇਸ਼ਨ ਦੋ ਔਰ ਆਈ ਥਿੰਕ ਇਹ ਹੋਏਗੀ 2010 11 2012 ਯਾਨੀ 10 12 ਸਾਲ ਪਹਿਲਾਂ ਔਰ ਤੁਸੀਂ ਹੋਵੋਗੇ ਉਸ ਟਾਈਮ 18 19 ਸਾਲ ਦੇ ਤੁਹਾਡੇ ਦੇ ਭਰੋਸਾ ਕਿਉਂ ਕੀਤਾ ਆਈ ਡੋਟ ਨੋ ਉਦੋਂ ਮੈਂ ਆਈ ਥਿੰਕ ਮੇਰੀ ਫਰਸਟ ਬੁੱਕ ਆਈ ਸੀ अच्छा हां बुक्स आल्सो ते उन साइबर सिक्योरिटी थ्री बुक्स तो मेरी फर्स्ट बुक गाइस यू आई थिंक ओने हेल्प किता ते आ, मतलब उस उस काम तो पहला भी ਤੁਸੀਂ ਕੋਈ ਕੰਮ ਕਰ ਰਹੇ ਸੀਗੇ ਕੋਈ ਕੰਪਿਊਟਰਸ ਨੂੰ ਲੈ ਕੇ ਜਾਂ ਹਾਂਜੀ ਹਾਂਜੀ ਪਹਿਲਾਂ ਮੈਂ ਇੱਕ ਕੰਪਿਊਟਰ ਸਟਾਰਟਅਪ ਕੀਤਾ ਸੀਗਾ ਟੂ మేక్ ਕੰਪਿਊਟਰ ਹੈਲਦੀ ਤੇ ਉਹ ਇੱਕ ਸਟਾਰਟਅਪ ਸੀਗਾ ਉਹ 3 ਮਿੰਟ ਸੀ ਮੈਂ ਸੈਲ ਆਊਟ ਕਰਤਾ ਸੀਗਾ ਤੇ ਉਸ ਤੋਂ ਬਾਅਦ ਉਹ ਜਿਹੜੇ ਪੈਸੇ ਆਏ ਉਹ ਚ ਯੂਟਿਲਾਈਜ਼ ਕੀਤੇ ਉਹ ਸਿੱਖਣ ਲਈ ਫੇਰੇ ਕੰਪਨੀ ਸਟਾਰਟ ਕਰਨੀ ਸੀ ਫਿਰ ਡੈਡ ਤੋਂ 75000 ਰੁਪਏ ਲਏ ਸੀ ਮੈਂ ਇੱਕ ਕੰਪਨੀ 75000 ਰੁਪਏ ਤੋਂ ਸਟਾਰਟ ਹੋਈ ਹੋਈ ਹੈ ਤੁਹਾਡੀ ਫਰਸਟ ਇਨਵੈਸਟਮੈਂਟ ਹਾਂ ਫਰਸਟ ਇਨਵੈਸਟਮੈਂਟ ਤੇ ਨਾਮ ਵੀ ਉਸ ਟਾਈਮ ਤੋਂ ਹੀ ਹੈ ਨਾਮ ਵੀ ਉਸ ਟਾਈਮ ਤੋਂ ਹੀ ਇਹ ਐਸੀ ਹਾਂਜੀ ਤੇ ਇਹ ਟੀਐਸਸੀ ਦੇ ਪਿੱਛੇ ਕੀ ਸਟੋਰੀ ਹੈ ਟੀਐਸਸੀ ਦੀ ਸਟੋਰੀ ਐਦਾ ਜੀ ਮੈਂ ਟੈਕ ਸਿਕਿਉਰਿਟੀ ਰੱਖਣਾ ਚਾਹੁੰਦਾ ਸੀ ਟੈਕ ਮਤਲਬ ਟੈਕਨੋਲੋਜੀ ਸਿਕਿਉਰਿਟੀ ਟੈਕਨੋਲੋਜੀ ਸਟੋਰੀ ਤੇ ਜਦੋਂ ਅਟਾਰਨੀ ਕੋਲ ਗਏ ਟਰੇਡਮਾਰਕ ਲਈ ਉਹ ਕਹਿੰਦਾ ਵੀ ਨੀਡ ਟੈਕ ਕੇ ਕੋਮਨ ਵਰਡ ਹੈ ਵੋਂਟ ਗੇਟ ਅ ਰਜਿਸਟਰਡ ਤਾਂ ਉਹਨੇ ਹੀ ਸੁਝਾਇਆ ਕਿ ਟੈਕ ਕਰ ਲੋ ਵੀ ਤੁਹਾਡੇ ਨਾਮ ਨਾਲ ਵੀ ਰਿਲੇਟ ਹੁੰਦਾ ਹੈ ٹی ਐ ਸੀ ਤੇ ਇਨਟੈਕ ਕਰ ਲੋ ਤਾਂ ਫਰੋ ਟੈਕ ਰਜਿਸਟਰ ਹੋ ਗਿਆ ਤਾਂ ਦੈਟਸ ਰਜਿਸਟਰ ਹੋ ਗਿਆ ਤੇ ਉਹਨੂੰ ਲੱਗਦਾ ਕਿ ਕੰਪਨੀ ਦਾ ਨਾਮ ਬਹੁਤ ਵਧੀਆ ਰੱਖ ਲਿਆ ਕਿ ਥੋੜਾ ਜਿਹਾ ਬੜੀ ਆਸਾਨੀ ਦੇ ਨਾਲ ਲੋਕਾਂ ਦੀ ਜ਼ੁਬਾਨ ਤੇ ਚੜਦਾ ਹੈ ਜਿਹੜੇ ਇਸ ਫੀਲਡ ਦੇ ਨਾਲ ਕੰਸਰਨ ਨੇ ਦੇਖੋ ਜਦੋਂ ਬੰਦਾ ਕਾਮਯਾਬ ਹੋਵੇ ਸਾਰਾ ਕੁਝ ਚੰਗਾ ਨੀ ਇਹ ਮੇਜ਼ ਪੁਆਇੰਟ ਦੇ ਉੱਤੇ ਆਣਾ ਸੀ ਕਿਉਂਕਿ ਬਹੁਤ ਸਾਰੀਆਂ ਤੁਹਾਡੀਆਂ ਜਿਹੜੀਆਂ ਗੱਲਾਂ ਆਲਰੇਡੀ ਲੋਕਾਂ ਦੇ ਜ਼ਿਹਨ ਦੇ ਵਿੱਚ ਹੈਗੀਆਂ ਮੈਂ ਉਸ ਪੁਆਇੰਟ ਦੇ ਉੱਤੇ ਆਉਂਗਾ ਪਰ ਮੈਂ ਮੂਵੀ ਦਾ ਜ਼ਿਕਰ ਕਰ ਰਿਹਾ ਸੀ ਮੈਂ ਇੱਕ ਮੂਵੀ ਮੈਨੂੰ ਯਾਦ ਆ ਰਹੀ ਸੀ ਸ਼ਾਇਦ ਮੂਵੀ ਦਾ ਨਾਮ ਆ ਅਵੇਨਸ ਡੇ ਦੇਖੀ ਤੁਸੀਂ ਜੀ ਦੇਖੀ ਉਹਦੇ ਵਿੱਚ ਉਹ ਨਸੀਰਉਦੀਨ ਸ਼ਾਹ ਕੁਝ ਹੈਕ ਕਰਕੇ ਅਲੱਗ-ਅਲੱਗ ਥਾਂ ਤੋਂ ਔਰ ਇੱਕ ਪੁਲਿਸ ਵਾਲੇ ਇੱਕ ਮੁੰਬਈ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਇੱਕ ਇੱਕ ਹੈਕਰ ਨੂੰ ਬੁਲਾ ਲੈਂਦੇ ਆ ਬਹੁਤ ਯੰਗ ਹੈਕਰ ਮਤਲਬ ਉਹ ਮੈਨੂੰ ਤ੍ਰਿਸ਼ਨੀ ਦੇਰੋੜਾ ਲੱਗ ਰਿਹਾ ਸੀ ਕਿ ਕਾਈਂਡ ਆਫ ਵੈਸਾ ਕੁਝ ਹੋ ਰਿਹਾ ਸੀਗਾ। ਜ਼ਿਆਦਾ ਕੁਝ ਕੀਤਾ ਹੋਇਆ ਸੀ। ਕੀ ਕੀ ਦੱਸੋ ਥੋੜਾ ਜਿਹਾ ਉਸ ਦੇ ਬਾਰੇ ਵੀ? ਮੇਰੀ ਫਰਸਟ ਆਈ ਥਿੰਕ ਪੁਲਿਸ ਨਾਲ ਜਿਹੜਾ ਟਾਈਅਪ ਸੀਗਾ ਵਿਧੂ ਗੁਜਰਾਤ ਪੁਲਿਸ। ਓਕੇ। ਤੇ ਗੁਜਰਾਤ ਪੁਲਿਸ ਨੂੰ ਟ੍ਰੇਨਿੰਗ ਦਿੱਤੀ ਆਈਪੀਐਸ ਆਫੀਸਰਸ ਨੂੰ ਕ੍ਰਾਈਮ ਬ੍ਰਾਂਚ ਨੂੰ ਬਹੁਤ ਕੇਸਿਸ ਤੇ ਹੈਲਪ ਵੀ ਕੀਤੀ ਐਂਡ ਥੈਟ ਆਮ ਟਾਕਿੰਗ 2013 ਜਦੋਂ ਐਕਚੁਅਲੀ ਸਟਾਰਟ ਹੋਇਆ। ਤੇ ਫਰਸਟ ਲਾ ਐਨਫੋਰਸਮੈਂਟ ਏਜੰਸੀ ਕਲਾਈਂਟ ਗੁਜਰਾਤ ਪੁਲਿਸ ਸੀ ਫਿਰ ਪੰਜਾਬ ਪੁਲਿਸ ਆਹ ਸੀ ਦੈਨ ਲੋਟ ਆਫ ਅਦਰ ਲਾ ਇਨਫੋਰਸਮੈਂਟ ਏਜੰਸੀਸ ਨਾਲ ਵੀ ਕੰਮ ਕੀਤਾ ਪੁਲਿਸ ਦੇ ਵਿੱਚ ਪੁਲਿਸ ਦੀ ਸਾਈਬਰ ਸਿਕਿਉਰਿਟੀ ਤੁਸੀਂ ਕਿਸ ਤਰੀਕੇ ਨਾਲ ਹੈਲਪ ਉਸ ਸਮੇਂ ਕੀਤੀ ਮੈਂ ਸਾਰੇ ਕੇਸਸ ਹੁੰਦੇ ਸੀ ਕਿ ਕ੍ਰਾਈਮ ਵਾਲੇ ਸੋ ਉਹਨਾਂ ਨੂੰ ਹੈਲਪ ਕਰਕੇ ਸੋਲਵ ਕਰਨ ਲਈ ਤੇ ਲੈਕ ਆਫ ਉਹ ਦੋ ਐਕਸਪੀਰੀਅੰਸ ਸੀਗਾ ਸਾਈਬਰ ਦਾ ਪੁਲਿਸ ਵਿੱਚ ਨਹੀਂ ਸੀਗਾ ਇਕੋਸਿਸਟਮ ਨਹੀਂ ਸੀਗਾ ਨਿਊ ਸੀਗਾ ਇਹ ਸਾਈਬਰ ਕ੍ਰਾਈਮ ਹੀ ਪੂਰਾ ਨਿਊ ਸੀਗਾ ਤੇ ਫॉर एवरीबॉडी ਤੇ ਬਹੁਤ ਸਾਰੇ ਇੱਥੇ ਆਈਪੀਐਸ ਪੰਜਾਬ ਪੁਲਿਸ ਦੇ ਮੈਂ ਟ੍ਰੇਨ ਕਿਤੇ ਹੋਇਆ ਪਰਸਨਲੀ ਫਲੋਰ ਅਕੈਡਮੀ ਇਨ 2013 ਅੱਛਾ ਥੋੜੇ ਬੁੱਕ ਬਾਰੇ ਦੱਸੋ ਕਿ 8th ਡ੍ਰੌਪਆਊਟ 8th ਡ੍ਰੌਪਆਊਟ ਨੂੰ ਬੁੱਕ ਲਿਖਣ ਦੀ ਕਿਵੇਂ ਯਾਦ ਆਈ ਤੁਹਾਨੂੰ ਲੱਗਿਆ ਕਿ ਹਾਂ ਇਹ ਇੱਕ ਕੰਮ ਹੋ ਸਕਦਾ ਹੈ ਹੋਰ ਕੁਝ ਨਹੀਂ ਬੁੱਕ ਲਿਖ ਲੋ ਮੈਂ ਰਿਸਰਚ ਅੱਛਾ ਮੈਂ ਇੱਕ ਹੋਰ ਥੋੜਾ ਜਿਹਾ ਗੱਲ ਕਰਾਂ ਕਿ ਨਾ ਬਹੁਤ ਸਾਰੇ ਪੰਜਾਬੀਆਂ ਦੇ ਲਈ ਇੰਗਲਿਸ਼ ਇੱਕ ਟਾਸਕ ਹੈ ਹਰੇਕ ਪੰਜਾਬੀ ਲਈ ਮੈਨੂੰ ਲੱਗਦਾ ਹੈ ਬਹੁਤ ਸਾਰੇ ਨਹੀਂ ਹਰੇਕ ਲਈ ਹਰੇਕ ਪੰਜਾਬੀ ਲਈ ਇੰਗਲਿਸ਼ ਬਟ ਵਾਈ ਚਾਂਸ ਸੋ ਆਈ ਥਿੰਕ ਕੋ ਫੇਵਰੇਬਲ ਚੀਜ਼ ਸੀਗੀ ਮੇਰੇ ਫੇਵਰਟ ਸੀਗੀ ਇੰਗਲਿਸ਼ ਨਾਲ ਬਹੁਤ ਮੁਹੱਬਤ ਜੀ ਐ ਰੋਮਾਂਟਿਕ ਹੈ ਇੰਗਲਿਸ਼ ਲੈਂਗੁਏਜ ਇੱਕ ਰੋਮਾਂਟਿਕ ਲੈਂਗੁਏਜ ਹੈ ਤੇ ਕੰਪਿਊਟਰ ਤੋਂ ਇਲਾਵਾ ਜੇ ਮੇਰੀ ਕੋਈ ਰੋਮਾਂਸ ਸੀਗਾ ਉਸ ਟਾਈਮ ਤਾਂ ਇੰਗਲਿਸ਼ ਲੈਂਗੁਏਜ ਸੀ ਜਾਂ ਮੈਥ ਸੀ ਤੇ which was my favorite as well ਅਤਿਗੋਚੀ ਨੇ ਹੈਲਪ ਕੀਤਾ ਚਲੋ ਮੈਂ ਸਾਲਦਰ ਸਾਲ ਅੱਗੇ ਵਧ ਰਹੇ 2013 ਦੇ ਵਿੱਚ ਤੁਹਾਨੂੰ ਗੁਜਰਾਤ ਪੁਲਿਸ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਉਸ ਤੋਂ ਨੈਕਸਟ ਕਿਵੇਂ ਤੁਸੀਂ ਫਰਦਰ ਅੱਗੇ ਵਧਦੇ ਗਏ ਔਰ ਇੱਕ ਕੰਪਨੀ ਦੇਖੋ ਪਿਛਲੇ 2-3 ਸਾਲਾਂ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮਸ ਅਪਾ ਟੀਵੀ ਦੇ ਉੱਪਰ ਦੇਖੇ ਹੈ ਓਟੀਟੀ ਪਲੇਟਫਾਰਮਸ ਦੇ ਉੱਤੇ ਦੇਖੇ ਹੈ ਉਸ ਤੋਂ ਉਸ ਤੋਂ ਬਾਅਦ ਸਟਾਰਟਅਪਸ ਦਾ ਬਹੁਤ ਜ਼ਿਕਰ ਹੋ ਰਿਹਾ ਹੈ 올 ਓਵਰ ਇੰਡੀਆ ਨਾ ਪਰ ਤੁਸੀਂ ਜਿਸ ਜਨਰੇਸ਼ਨਸ ਦੇ ਵਿੱਚ ਸੀ ਉਸ ਸਮੇਂ ਸਟਾਰਟਅਪ ਦਾ ਉਸ ਤਰੀਕੇ ਨਾਲ ਜ਼ਿਕਰ ਨਹੀਂ ਸੀ ਜੀ ਕਿਵੇਂ ਤੁਸੀਂ ਇਸ ਨੂੰ ਕਲਿੱਕ ਕੀਤਾ ਮੈਂ ਤੁਹਾਨੂੰ ਥੋੜਾ ਜਿਹਾ ਵੈਸੇ ਪਿੱਛੇ ਲੈ ਕੇ ਜਾਣਾ ਮੇਰਾ ਬਰਥ ਹੈ 1993 ਦਾ okay. 1991 ਚ ਲਿਬਰਲਾਈਜੇਸ਼ਨ ਹੋਈ ਹਮ ਠੀਕ ਹੈ ਮੇਰੇ ਮਨ ਲਾਦਾ ਮੇਰੇ ਲਈ ਹੋਈ ਉਹ ਲਿਬਰਲਾਈਜੇਸ਼ਨ ਫਿਰ ਮੈਂ ਕਰੀਅਰ ਸਟਾਰਟ ਕੀਤਾ ਕੰਪਨੀ ਸਟਾਰਟ ਕੀਤੀ 2013 थी. 2014 ਡਿਜੀਟਲ ਇੰਡੀਆ ਦਾ ਬਹੁਤ ਇੱਕ ਪੁਸ਼ ਆਇਆ ਫਿਰ 2015 14 ਦੇ ਵਿੱਚ ਸਟਾਰਟਅਪ इंडिया ਦਾ ਸਟੈਂਡ ਅਪ ਸਟਾਰਟਅਪ ਇੰਡੀਆ ਸਟੈਂਡ ਅਪ ਇੰਡੀਆ ਬਹੁਤ ਪੁਸ਼ ਆਇਆ ਤਾਂ ਮੇਰੇ ਨਾਲ ਰਿਲੇਟ ਹੋ ਗਿਆ 2016 ਇਚ ਆ ਗਾਟ ਅ ਫਸਟ ਇਨਵੈਸਟਮੈਂਟ ਫ্রম ਵਿਜੇ ਕੇੜੀਆ ਵਿਚ ਇਜ਼ ਇੰਡੀਆਜ਼ ਪ੍ਰੋਮਿਨੈਂਟ ਸਟਾਕ ਮਾਰਕੀਟ ਇਨਵੈਸਟਰ ਯੂ ਨੋ ਸਭ ਤੋਂ ਵੱਡਾ ਆਈ ਥਿੰਕ ਪੋਰਟਫੋਲੀਆ ਤਾਂ ਮੇਰੇ ਲਈ ਟਰਨਿੰਗ ਪੁਆਇੰਟ ਸੀਗਾ ਲਾਈਫ ਦੇ ਵਿੱਚ ਉਹਨਾਂ ਦੀ ਇਨਵੈਸਟਮੈਂਟ ਆਣੀ ਤਾਂ ਉੱਥੋਂ ਸਕੇਲ ਅਪ ਵਾਲੇ ਪਾਸੇ ਸੀਗੇ ਦਾ 16 ਦੇ ਵਿੱਚ ਡੀਮੋਨਟਾਈਜੇਸ਼ਨ ਹੋਈ ਤਾਂ ਲੋਕੇ ਸਾਰੇ ਫਿਨਟੈਕ ਵੱਲ ਡਿਜੀਟਲਾਈਜੇਸ਼ਨ ਵੱਲ ਮੂਵ ਹੋਏ ਤੋ ਦੋਸਿਸ ਸਕੇਲ ਅਪ ਵੈਸੇਗੇ ਤੇ ਜਦੋਂ ਗਲੋਬਲ ਜਾਨਾ ਸੀਗਾ 2019-20 ਦੇ ਵਿੱਚ ਕੋਵਿਡ ਹੋ ਗਿਆ ਅਨਫੋਰਚਨਟਲੀ ਫॉर ਦਾ ਸੋਸਾਇਟੀ ਬਟ ਸਾਡੇ ਲਈ ਬਹੁਤ ਹੈਲਪ ਹੋਈ ਵਰਕ ਫਰਮ ਹੋਮ ਹੋ ਗਿਆ ਡਿਜੀਟਲਾਈਜੇਸ਼ਨ ਇੱਕ ਅਛੂਟੀ ਕੰਪਨੀਆਂਸ ਨੂੰ ਵੀ ਪੁਸ਼ ਸੀਗਾਓ ਤੇ ਉਹ ਸਕਿਉਰਿਟੀ ਨੀਡ ਕ੍ਰੀਏਟ ਹੋਗੀ ਤਾਂ ਆਈ ਥਿੰਕ ਮੇਰੇ ਲਈ ਡਾਟ ਡਾਟ ਹਰ ਡਾਟ ਕਨੈਕਟ ਹੁੰਦੀ ਰਹੀ ਹਰ ਟਾਈਮ ਤੇ ਉਹ ਹੁੰਦਾ ਰਿਹਾ ਬlesing in the disguise ਜੀ ਕਾਈਂਡ ਆਫ ਸਪੈਸ਼ਲ ਇਨ ਕੋਵਿਡ ਸੈਜਨ 100% 100% ਬਸ ਚਲੋ ਮੈਂ ਉਸ ਪੁਆਇੰਟ ਤੋਂ ਅੱਗੇ ਬਤਾਂ ਇੱਕ ਤੁਸੀਂ ਜ਼ਿਕਰ ਤੁਹਾਡੇ ਨਾਮ ਦੇ ਨਾਲ ਇਸ ਸਮੇਂ ਬਹੁਤ ਜ਼ਿਕਰ ਹੁੰਦਾ ਫੋਬਸ ਦਾ 30 ਅੰਡਰ 30 ਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੇਰੇ ਨਾਮ ਆਦੇ ਚ ਹਾਂ Uh, मैं थोड़ा वैसे थोड़ी जी थोड़ा पिछे लादा मैन कोई भी चीज़ किसी ने कही ना भी नहीं हो ऑटोमेटिकली हो जाती है मैं आई एम वेरी ब्लैस जो जो मैं लाइफ सोचा या जा चाया जा उदा एस्पिरेशन सी वह हर चीज़ हो यार टोल यारोप्स तेरे वास्ते नहीं है मतलब कि ठीक है यू आर डूइंग गुड फॉर योर सैल्स बट फोप नहीं आ सद थर्टी थर्टी वो चलो ठीक है नहीं तो ਬਟ ਫੋਬਸ ਟੀਵੀ ਨੈਟਵਰਕ 18 ਦਾ ਪਾਰਟ ਹੈ ਫੋਬਸ ਇੰਡੀਆ ਮੇਰੇ ਤੇ ਚਾਰ ਪੇजेस ਦੀ ਸਟੋਰੀ ਐਡੀਟਰ ਸਾਹਿਬ ਨੇ ਕੀਤੀ ਸੌਰਵ ਮਨਜੁਮਦਰ ਨੇ ਹੈਨਾ ਕਹਿੰਦੇ ਵੀ ਯਾਰ ਚਲੋ ਗੁੱਡ ਹੈ ਉਹ ਵੀ ਹੋ ਗਿਆ ਹੈਨਾ ਦੈਨ ਆਈ ਵਾਸ ਇੰਡਕਟਡ ਇਨ ਫੋਬਸ 30 ਅੰਡਰ 30 ਏਸ਼ੀਆ ਨਾਟ ਇੰਡੀਆ ਏਸ਼ੀਆ ਹੈਨਾ ਮੈਨੂੰ ਫੋਬਸ 30 ਅੰਡਰ okay. 30 ਏਸ਼ੀਆ ਦੇ ਐਡੀਟਰ ਰੈਂਡੀ ਨੇ ਰੀਚ ਆਊਟ ਕੀਤਾ ਸੀਗਾ ਓਕੇ ਮੈਂ ਕਦੇ ਵੀ ਰੀਚ ਆਊਟ ਨਹੀਂ ਕੀਤਾ ਸ਼ੀ ਰੀਚ ਆਊਟ ਟੂ ਮੀ ਉਹਨੇ ਮੈਨੂੰ ਕੁਐਸਚਨਰਸ ਭੇਜੇ ਮੈਂ ਆਨਸਰ ਕਰਤੇ ਤੇ ਮੈਂ ਦੇਖਿਆ ਸਵੇਰੇ ਉੱਠਿਆ ਤਾਂ ਪੂਰੇ ਮੀਡੀਆ ਚ ਆਇਆ ਸੀਗਾ ਫੋਬਸ 30 ਅੰਡਰ 30 ਥੋੜੀ ਫਿਲਮ ਦੱਸੋ ਕਰਦਿਆਂ ਦੀ ਮਤਲਬ ਇੱਕ ਪੇਰੈਂਟਸ ਜਿਹੜੇ 8th ਦੇ ਵਿੱਚ ਆਪਣੇ ਬੱਚੇ ਨੂੰ ਸਮਝਾ ਰਹੇ ਹੋਣੇ ਆ ਡੈਫੀਨਟਲੀ ਉਹ ਕਹਿ ਰਹੇ ਹੋਣੇ ਕਿ ਨਹੀਂ ਨਹੀਂ ਕਿਉਂ ਛੱਡਨੀ ਹੈ ਇਹ ਨਹੀਂ ਹੋ ਸਕਦਾ ਇੱਕ ਇੱਕ ਸੇਮ ਪੇਰੈਂਟਸ ਫੌਬਸ ਦਾ ਰਿਐਕਸ਼ਨ ਉਹਨਾਂ ਦਾ ਉਹ ਉਹ ਨਹੀਂ ਸੀ ਦਾ ਪਤਾ ਸੀ ਕਿ ਫੌਬਸ ਏਸ਼ੀਆ 300 30 ਕਿੰਨੀ ਵੱਡੀ ਅਚੀਵਮੈਂਟ ਹੈ ਉਹ ਫੀਲ ਕਰ ਪਾ ਰਹੇ ਸੀ ਸ਼ਾਇਦ ਨਹੀਂ ਬਟ ਉਹਨਾਂ ਨੂੰ ਹੀ ਪਤਾ ਲੱਗ ਰਿਹਾ ਸੀ ਮੇਰੀ ਅੱਖਾਂ ਤੋਂ ਵੀ ਕੁਝ ਵੱਡਾ ਹੈ ਕੁਝ ਵੱਡਾ ਹੈ ਨਾ ਬਟ ਉਹਨਾਂ ਨੂੰ ਪਤਾ ਸੀ ਕਿ ਕਦੇ ਫੌਬਸ 'ਚ ਆਣਾ ਇਹਦਾ ਸੁਪਨਾ ਸੀਗਾ ਕਿਸੇ ਨੇ ਉਹ ਟੋਕਿਆ ਹੋਇਆ ਹੈ ਜਾਂ ਕਿਸੇ ਨੇ ਉਹ ਇੱਕ ਕੀਤਾ ਹੈ ਵੀ ਨਹੀਂ ਹੋ ਸਕਦਾ ਵੀ ਹੋਣ ਦਾ ਉਹ ਮਿਸ਼ਨ ਸੀਗਾ ਜਾਂ ਪਰਪਸ ਸੀਗਾ ਵੀ ਰੱਬ ਨੇ ਨੂੰ ਹੈਲਪ ਕਰਤੀ ਮਤਲਬ ਉਹ ਹੀ ਦੇ ਕੁਡ ਸੀ ਇਟ ਚਲੋ ਮੈਂ ਥੋੜਾ ਹੁਣ ਬਿਲਕੁਲ ਕਿਉਂਕਿ ਬਹੁਤ ਸਾਰੇ ਅਵਾਰਡਸ ਆਲਰੇਡੀ ਤੁਸੀਂ ਤੁਹਾਡੀ ਬੁੱਕ ਦੇ ਵਿੱਚ ਹੈਗੇ ਆ ਤੁਹਾਡੇ ਕੋਲ ਹੈਗੇ ਆ ਮੌਜੂਦਾ ਸਮੇਂ ਦੇ ਵਿੱਚ ਤੁਸੀਂ ਆਪਣੀ ਕੰਪਨੀ ਨੂੰ ਕਿੱਥੇ ਦੇਖਦੇ ਹੋ ਵੀ ਆਰ ਲਾਰਜੈਸਟ ਇੰਡੀਅਨ ਸਾਈਬਰ ਸਕਿਉਰਿਟੀ ਕੰਪਨੀ ਬਾਇ ਮਾਰਕੀਟ ਕੈਪ ਤੇਹ ਹੁਣ ਇਹ ਤਾਂ ਦੇਖਦੇ ਆ ਮੈਨੂੰ ਗਲੋਬਲ ਲਾਰਜੇਸਟ ਕਿੱਦਾਂ ਬਣਾਈ ਗਲੋਬਲ ਲਾਰਜੇਸਟ ਕਿੱਦਾਂ ਬਣਾਈਏ ਥੋੜਾ ਹੋਰ ਸਮਝਾ ਦਿਓ ਸਾਨੂੰ ਕਿ ਜਿਹੜੇ ਕਿਸ ਤਰੀਕੇ ਨਾਲ ਜਿਹੜੇ ਤੁਹਾਡੇ ਕਲਾਇੰਟਸ ਹੈਗੇ ਆ ਉਹ ਬੇਸਿਕਲੀ ਕਿਵੇਂ ਹੈਲਪ ਕਰ ਰਹੇ ਹੋ ਉਹਨਾਂ ਦੀ ਕਿਉਂਕਿ ਮੈਂ ਇੱਕ ਬਿਲਕੁਲ ਕਾਮਨ ਮੈਨ ਜਿਨਾਂ ਨੂੰ ਹੋ ਸਕਦਾ ਕਿ ਬਹੁਤ ਵੱਡੀ ਲਾਰਜ ਕੰਪਨੀ ਬਾਰੇ ਨੋਲੇਜ ਨਾ ਹੋਵੇ ਉਹ ਸਮਝਣਾ ਚਾਹੁੰਦੇ ਹੁਣ ਕਿ ਤ੍ਰਿਸ਼ਨੀ ਤਰੋੜਾ ਕਰ ਕੀ ਰਹੀ ਨੇ ਐਕਚੁਅਲੀ ਉਹ ਸਮਝਾ ਦਿਓ ਥੋੜਾ ਜਿਹਾ ਜੇ ਤੁਸੀਂ ਦੱਸ ਸੋ ਅਸੀਂ ਕੀ ਕਰਦੇ ਹਾਂ ਜੀ ਸਾਈਬਰ ਸਿਕਿਉਰਿਟੀ ਚ ਨਾ ਵਰਨਰੇਬਿਲਟੀ ਮੈਨੇਜਮੈਂਟ ਇੱਕ ਡੋਮੇ ਅ ਟੈਕਨੋਲੋਜੀ ਦਾ ਇੱਕ ਹਿੱਸਾ ਤੁਸੀਂ ਕੋਈ ਵੀ ਟੈਕਨੋਲੋਜੀ ਇੰਪਲੀਮੈਂਟ ਕਰਦੇ ਹੋ ਉਹਦੀ ਅਸੈਸਮੈਂਟ ਕਰਨੀ ਜ਼ਰੂਰੀ ਹੁੰਦੀ ਹੈ ਠੀਕ ਹੈ ਵੀ ਉਹ ਚ ਰਿਸਕ ਕੀ ਹੈ ਤਾਂ ਰਿਸਕ ਕਿੱਦਾਂ ਸਮਝ ਸਮਝੇਗਾ ਬੰਦਾ ਜਾਂ ਤਾਂ ਉਹ ਟੈਕਨੋਲੋਜੀ ਨੂੰ ਸਮਝਾ ਹੋਵੇ ਜਾਂ ਉਹ ਨੰਬਰ ਸਮਝਦਾ ਹੋਵੇ ਤੁਸੀਂ ਦੋ ਚੀਜ਼ਾਂ ਨੂੰ ਮਿਕਸ ਕੀਤਾ ਹੈ ਠੀਕ ਹੈ ਟੈਕਨੋਲੋਜੀ ਅਸੀਂ ਰਿਸਕ ਅਸੈਸ ਕਰਦੇ ਆ ਤੇ ਉਹਨੂੰ ਟਰਾਂਸਫਾਰਮ ਕਰਦੇ ਆ ਨੰਬਰ ਚ ਸਾਡਾ ਆਪਣਾ ਸਕੋਰਿੰਗ ਸਿਸਟਮ ਹੈ ਹਰ ਚੀਜ਼ ਦਾ ਸਕੋਰਿੰਗ ਹੈ ਤੁਸੀਂ ਹੈਲਥ ਆਪਣਾ ਚੈੱਕ ਅਪ ਕਰਾਣਾ ਤਾਂ ਸਕੋਰ ਆਂਦਾ ਉਹਦੇ ਵਿੱਚ ਬਲੱਡ ਪ੍ਰੈਸ਼ਰ ਚੈੱਕ ਕਰਦੇ ਹੋ ਸਕੋਰ ਆਂਦਾ ਹੈ ਤੁਹਾਡਾ ਐਜੂਕੇਸ਼ਨ ਸਿਸਟਮ ਹੈ ਸਕੋਰ ਹੈ ਉਹ ਬਿਲਕੁਲ ਤੁਹਾਡਾ ਸਿਵਲ ਐ ਫਾਈਨੈਂਸ਼ੀਅਲ ਸਿਸਟਮ ਸਕੋਰਿੰਗ ਹੈ ਸਾਈਬਰ ਤੇ ਸਕੋਰਿੰਗ ਮਿਸਿੰਗ ਸੀ ਓਕੇ ਅਸੀਂ ਇਹ ਸਕੋਰਿੰਗ ਸਿਸਟਮ ਲੈ ਕੇ ਆਏ ਸਾਡਾ ਆਪਣਾ AI ਮਾਡਲ ਹੈ ਉਹ ਅਸੀਂ ਕੰਪਨੀਆਂਸ ਨੂੰ ਸੈਸ ਕਰਕੇ ਰਿਸਕ ਦੱਸਦੇ ਹਾਂ 0 ਤੋਂ 10 ਤੁਸੀਂ ਕਿੱਥੇ ਸਟੈਂਡ ਕਰਦੇ ਹੋ 5 ਤਾਂ ਵਿਚਾਲੇ ਹੈ ਜੇ 7 ਤਾਂ ਠੀਕ ਹੈ 0 ਤਾਂ ਬਹੁਤ ਬੈਡ ਹੈ ਤੈਨੂੰ ਇੰਪਰੂਵ ਕਿੱਦਾਂ ਕਰਨਾ ਹੈ ਬੋਰਡ ਲੈਵਲ ਤੱਕ ਸੀਓ ਤੱਕ ਅਸੀਂ ਉਹ ਸਮਝ ਪਾਂਦਾ ਵੀ ਅੱਜ ਸਾਈਬਰ ਸਕਿਉਰਿਟੀ ਆਰਬੀਏ ਵੱਲੋਂ ਬੈਂਕਸ ਨੂੰ ਚਾਹੀਦੀ ਹੈ ਪੁਸ਼ ਹੈ ਸੇਬੀ ਵੱਲੋਂ ਸਾਰੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਚਾਹੀਦੀ ਹੈ ਆਈਆਰਡੀਏ ਵੱਲੋਂ ਇੰਸ਼ੋਰੈਂਸ ਕੰਪਨੀ ਨੂੰ ਚਾਹੀਦੀ ਹੈ ਹਰ ਇੱਕ ਕੰਪਨੀ ਦਾ ਸੈਕਟਰ ਦਾ ਇੱਕ ਰੈਗੂਲੇਟਰੀ ਹੈ ਤਾਂ ਸਾਈਬਰ ਉਹ ਡੋਮੀਨੇਟ ਕਰਦੇ ਵੀ ਸਾਈਬਰ ਤੁਹਾਨੂੰ ਕੰਪਲਾਈਂਸ ਸਟਾਈ ਰਿਹਾ ਹੈ ਤਾਂ ਸਮਝਣ ਲਈ ਬੋਰਡ ਮੈਂਬਰ ਨੂੰ ਸਮਝਣ ਲਈ ਸਕੇਲ 0 ਟੂ 10 ਅਸੀਂ ਇੱਕ ਨੰਬਰ ਦੇਤਾ ਠੀਕ ਹੈ ਇਹ ਸਾਡਾ ਐਕਚੁਅਲੀ ਮਾਡਲ ਹੈ ਥਿਸ ਇਜ਼ ਵਾਟ ਵੀ ਡੂ ਇਟ ਟੈਕਨੋਲੋਜੀ ਹੁਣ ਚਾਹੀਦੀ ਹੈ ਚਾਹੀਦਾ ਕਿੰਨੂ ਹੈ ਇੱਕ ਭਾਵੇਂ ਸਟਾਰਟਅਪ ਚਲਾ ਰਿਹਾ ਕੋਈ ਬੰਦਾ ਚਾਹੇ ਉਹ ਲਾਰਜ ਕੰਪਨੀ ਮਾਈਕਰੋਸਾਫਟ ਚਲਾ ਰਹਾ ਹੈ ਉਹਨੂੰ ਹਰੇਕ ਬੰਦੇ ਨੂੰ ਸਾਈਬਰ ਸਿਕਿਉਰਿਟੀ ਚਾਹੀਦੀ ਹੈ ਵਲਨਰੇਬਿਲਟੀ ਮੈਨੇਜਮੈਂਟ ਕਰਨੀ ਹੈ ਹੁਣ ਜਿੰਨੀ ਵੱਡੀ ਕੰਪਨੀ ਹੋ ਉਨਾ ਰਿਸਕ ਜ਼ਿਆਦਾ ਹੈ ਹੂੰ ਬਿਲਕੁਲ ਤਾਂ ਅਸੀਂ ਉਹਨੂੰ ਕਰਤਾ ਵੀ ਆਟੋ ਪ੍ਰੋਰੀਟਾਈਜ਼ ਕਿਦਾਂ ਹੋ ਜਵੇ ਰਿਸਕ ਤੇ ਸਾਰਾ ਏਆਈ ਦਾ ਸਾਡਾ ਆਪਣਾ ਪ੍ਰੋਡਕਟ ਹੈ ਏਆਈ ਦੇ ਥਰੂ ਟੋਟਲ ਅਸੈਸਮੈਂਟ ਹੁੰਦੀ ਹੈ ਏਆਈ ਦੇ ਥਰੂ ਹੀ ਪ੍ਰੋਰੀਟਾਈਜ਼ ਹੁੰਦਾ ਹੈ ਏਆਈ ਦੇ ਥਰੂ ਹੀ ਉਹ ਵਰਨੇਬਿਲਿਟੀਜ਼ ਪੈਚ ਵੀ ਕਰਦੇ ਅਸੀਂ ਤੁਸੀਂ ਇਕੱਲੇ ਨੇ ਸ਼ੁਰੂ ਕੀਤੀ ਸੀ ਇਹ ਪੂਰੀ ਕੰਪਨੀ ਅੱਜ ਕਿੰਨੇ EMPLOYEES ਨੇ ਤੁਹਾਡੇ ਨਾਲ ਆਈ ਥਿੰਕ ਓਵਰ ਦਨ 100 ਓਵਰ ਦਨ 100 ਹੋਰ ਅਲੱਗ-ਅਲੱਗ ਆਫਿਸਿਸ ਨੇ ਤੁਹਾਡੇ ਲੁਧਿਆਣਾ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਕਿੱਥੇ ਤੱਕ ਤੁਹਾਡੀਆਂ ਜਿਹੜੀਆਂ ਬ੍ਰਾਂਚੀਜ਼ ਦੀਆਂ ਮੈਂ ਪੰਜਾਬੀ ਵਿੱਚ ਕਹਾਂ ਜੜਾਂ ਪਹੁੰਚ ਚੁੱਕੀ ਐ ਅਸੀਂ ਸਾਡਾ ਜਿਹੜਾ ਲਾਰਜੈਸਟ ਰੈਵਨਿਊ ਯੂਐਸ ਤੋਂ ਆਉਂਦਾ ਹੈ ਤੇ ਸੈਨ ਫਰਾਂਸਿਸਕੋ ਸਾਡਾ ਆਫਿਸ ਹੈ ਤੇ ਇੰਡੀਆ 'ਚ ਆਈ ਥਿੰਕ ਪੰਜ ਆਫਿਸਸ ਐ ਪੂਨੇ, ਦਿੱਲੀ, ਬੈਂਗਲੌਰ, ਚੰਡੀਗੜ੍ਹ ਵੀ ਐ ਤੇ ਮੁੰਬਈ ਆਲਸੋ ज गल करो हू आर द लार्जेसट कस्टमर फॉर आस जिनी यूपीआई एप्लीकेशन यूज करते हो इधर सिक्योरिटी असैसमेंट असं करते हैं सारिया की सारिया की मतलब अब मैं अपने फोन पे, पे okay. तो गूगल पे पेटीएम कुछ भी है दिस असैसमेंट सिंस इंसैप्शन जो प्राइम मिनिस्टर साहब ने एप्लीकेशन लॉन्च की उस लैके अज तक hmm. आ, फिर तुम कोई भी स्टॉक बाय कर दे बॉम्बे स्टॉक एक्सचेंज से दैट कंपनी असैसमेंट इज डन बास ਫਿਰ ਨੈਸ਼ਨਲ ਸਟਾਕ ਐਕਸਚੇਂਜ ਤੇ ਕਰਦੇ ਹੋ ਦੈਟ ਇਜ਼ ਆਲਸੋ ਡਨ ਬਾਈ ਅਸ ਅਸੀਂ ਇੰਨਾ ਇੰਪੈਕਟ ਕਰ ਰਹੇ ਹਾਂ ਸੋ ਸਾਡਾ ਮੋਟਿਵ ਇਹ ਹੈ ਕਿ ਹਰ ਲਾਈਫ ਨੂੰ ਇੰਪੈਕਟ ਕਰੀਏ ਇਨ ਅ ਗੁੱਡ ਵੇ ਕਿਸੇ ਨੂੰ ਵੀ ਸਮਾਲ ਟੂ ਲਾਰਜ ਅਸੀਂ ਲਾਈਫ ਨੂੰ ਇੰਪੈਕਟ ਕਰੀਏ ਥਰੂ ਦ ਸਿਕਿਉਰਿਟੀ ਜੇ ਕੋਈ ਟੈਕਨੋਲੋਜੀ ਨਾਲ ਰਿਲੇਟਡ ਹੈ ਉਹਨੂੰ ਮੈਂ ਥੋੜਾ ਜਿਹਾ ਹੋਰ ਟਾਪਿਕ ਤੋਂ ਡਿਫਰੈਂਟ ਪਾਸੇ ਜਾਊਂਗਾ ਪਰ ਉਸ ਤੋਂ ਪਹਿਲਾਂ ਕਿਉਂਕਿ ਜਦੋਂ ਤੁਸੀਂ ਆਏ ਆਫਿਸ ਮੈਂ ਆਪਣੇ ਦਰਸ਼ਕਾਂ ਨੂੰ ਦੱਸਾਂ ਕਿ ਇਹ ਸਾਡਾ ਸਟੂਡੀਓ ਸੈਕੰਡ ਫਲੋਰ ਤੇ ਹੈ ਮੈਂ ਤੁਸੀਂ ਨਹੀਂ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ نیچے ਗਿਆ ਮੈਂ ਕਾਰ ਲੱਭ ਰੇ ਸੀ ਕਿ ਤੁਹਾਡੀ ਕੋਈ ਦੋ ਤਿੰਨ ਗੱਡੀਆਂ 'ਚ ਤੁਸੀਂ ਆਏ ਹੋਵੋਗੇ ਸ਼ੌਕ ਹੈ ਕਾਰਾਂ ਬਿਲਕੁਲ اچھا ਪੰਜਾਬੀਆਂ ਨੂੰ ਬੜਾ ਸ਼ੌਕ ਹੁੰਦਾ ਹੈ ਪੰਜਾਬੀਆਂ ਦੇ ਕੋਲ ਤਿੰਨ ਤਿੰਨ ਚਾਰ ਚਾਰ ਗੱਡੀਆਂ ਹੁੰਦੀਆਂ ਉਸ ਤਰੀਕੇ ਨਾਲ ਹੈ ਸ਼ੌਕ ਬਿਲਕੁਲ ਸ਼ੌਕ ਹੈ ਬਟ ਰੱਬ ਦੀ ਮਿਹਰ ਹੈ ਸਭ ਕੁਝ ਸਾਰੇ ਸ਼ੌਂਕ ਪੂਰੇ ਹੋਏ ਹੋਏ ਹੈ ਲਾਈਫ 'ਚ ਸਾਰੇ ਸ਼ੌਕ اچھا ਫੋਨ ਫੋਨ ਤੁਸੀਂ ਖੁਦ ਤੁਹਾਡੀ ਕੋਈ ਟੀਮ ਹੈ ਯੂਜ਼ ਕਰਦੇ ਹੋ ਤੁਸੀਂ ਆਪਣੀ ਸੋਸ਼ਲ ਮੀਡੀਆ ਮੈਂ ਤਾਂ ਦੇਖ ਰਿਹਾ ਸੀ ਇੰਸਟਾ ਦੇ ਉੱਤੇ ਤੁਹਾਨੂੰ ਕਾਫੀ ਲੋਕ ਫੋਲੋ ਕਰਦੇ ਤੇ ਉਹਨੂੰ ਕੌਣ ਹੈਂਡਲ ਕਰਦਾ ਹੈ ਵੇ ਖੁਦ ਹੀ ਕਰ ਲੈਣਾ ਕਦੇ ਕਦੇ ਟੀਮ ਵੀ ਹੈ ਫੇਰ ਵੀ ਹੈ ਉਹ ਵੀ ਹੈਂਡਲ ਕਰ ਲੈਣੇ ਚਲੋ ਮੈਂ ਇੱਕ ਚੀਜ਼ ਕਰਦਾ ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਆਪਣੇ ਬ੍ਰਾਊਜ਼ਰ ਚ ਜਾਵਾਂ ਆਪਣੇ ਫੋਨ ਦੇ ਔਰ ਮੈਂ ਲਿਖਿਆ ਦੇ ਉੱਪਰ ਸ਼ਨਮੇਰ ਦਰਸ਼ਕ ਨੂੰ ਨਾ ਦਿਖ ਰਿਹਾ ਮੈਂ ਤੇ ਦੱਸਣਾ ਤੁਹਾਨੂੰ ਨਿਤ੍ਰਿਸ਼ਨੀ ਤਰੋੜਾ ਲਿਖਿਆ ਤਾਂ ਇੱਥੇ ਪਤਾ ਕੀ ਕੀ ਸਰਚ ਹੋ ਰਿਹਾ ਤੁਹਾਡੇ ਬਾਰੇ ਤ੍ਰਿਸ਼ਨੀ ਤਰੋੜਾ ਨੈਟਵਰਥ ਦੱਸਣੀ ਚਾਹੋਗੇ ਮੇਰੇ ਕੋਲ ਆਲਰੇਡੀ ਇਹ ਡੋਮੇਨ ਦੇ ਵਿੱਚ ਪਬਲਿਕ ਡੋਮੇਨ ਦੇ ਵਿੱਚ ਹੈ ਪਰ ਇਨਫਰਮੇਸ਼ਨ ਥੋੜੇ ਦੱਸ ਦੋ ਥੋਰ ਬੈਟਰ ਹੋ ਜਾਏਗਾ ਦਰਸ਼ਕ ਲਈ ਵੀ ਠੀਕ ਹੈ ਜਿੰਨੀ ਇਹ ਰੱਬ ਲਈ ਮੇਰੇ ਅੱਛਾ ਤ੍ਰਿਸ਼ਨੀ ਤਰੋੜਾ ਦੀ ਏਜ ਬਹੁਤ ਸਰਚ ਕਰ ਰਹੇ ਹਨ ਲੋਗ ਹਾਂਜੀ ਤਾਂ ਤੁਸੀਂ ਸਟਿਲ ਅੰਡਰ 30 30 ਸਟਿਲ ਅੰਡਰ 30 ਨਹੀਂ ਅੰਡਰ ਨਹੀਂ ਹੈ 30 30 ਅੱਛਾ ਉਸ ਤੋਂ ਬਾਅਦ ਇੱਕ ਹੋਰ ਚੀਜ਼ ਸਰਚ ਹੋ ਰਹੀ ਹੈ ਤੁਹਾਡੇ ਬਾਰੇ ਤੁਹਾਡੀ ਬੁੱਕਸ ਬਾਰੇ ਕੰਟੈਕਟ ਨੰਬਰ ਕੰਪਨੀ ਬਹੁਤ ਕੁਝ ਸਰਚ ਹੋ ਰਿਹਾ ਹੈ ਇੱਕ ਤ੍ਰਿਸ਼ਨੀ ਤਰੋੜਾ ਵਾਈਫ ਸਰਚ ਹੋ ਰਹੀ ਹੈ

ਸਿੰਗਲ ਸਿਰតែ ਹੀ ਕੰਮ ਕਰ ਪਾ ਰਹੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਤੁਹਾਡੇ ਕਮੈਂਟ ਪਸੰਦ ਨਹੀਂ ਆਣਾ ਹੈਗਾ ਅੱਛਾ ਮੈਂ ਤੁਸੀਂ ਮੈਂ ਤੁਹਾਡੇ ਸੋਸ਼ਲ ਮੀਡੀਆ ਦਾ ਜ਼ਿਕਰ ਕਰ ਰਿਹਾ ਸੀ ਬਹੁਤ ਸਾਰੇ ਕਮੈਂਟਸ ਤੁਹਾਨੂੰ ਪਤਾ ਹੈ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਹਰ ਕੋਈ ਫਰੀडम ਆਫ ਰਾਈਟਸ ਸਪੀਚ ਹੈ ਆਪਣੇ ਕੋਲ ਬਹੁਤ ਸਾਰੇ ਕਮੈਂਟਸ ਅਲੱਗ-ਅਲੱਗ ਤਰ੍ਹਾਂ ਦੇ ਤੁਹਾਡੇ ਲਈ ਵੀ ਆਉਂਦੇ ਹੈ ਜਾਂਦੇ ਹੋਣਗੇ ਮੈਂ ਆਲਰੇਡੀ ਦੇਖ ਰਿਹਾ ਸੀ ਕਿਵੇਂ ਹੈਂਡਲ ਕਰਦੇ ਹੋ ਇਗਨੋਰ ਨੇ ਇਗਨੋਰੈਂਸ ਇਹ ਤੁਹਾਨੂੰ ਲੱਗਦਾ ਕਿ ਉੱਥੋਂ ਵੀ ਕੁਝ ਸਿੱਖਣ ਨੂੰ ਮਿਲ ਰਿਹਾ ਬਹੁਤ ਸਾਰੇ ਲੋਕ ਐਵੇਂ ਗੱਲਾਂ ਕਰ ਰਹੇ ਹੋਣੇ 100% ਸਿੱਖ ਨੂੰ ਮਿਲਦਾ ਇੰਪਰੂਵ ਕਰਨ ਨੂੰ ਮਿਲਦਾ ਤੁਹਾਨੂੰ ਬੈਸਟ ਤੁਸੀਂ ਕੋਦੋਂ ਇੰਪਰੂਵ ਕਰ ਸਕਦੇ ਜੋ ਤੁਹਾਡੇ ਕ੍ਰਿਟਿਕ ਹੋਣ ਤੇ ਕ੍ਰਿਟਿਕ ਤੁਹਾਡੇ ਫੇਵਰ ਚ ਹੋਵੇ ਕ੍ਰਿਟਿਕ ਸਿਰਫ ਸਾਨੂੰ ਕ੍ਰਿਟਿਕ ਕਰਨ ਲਈ ਨਾ ਹੋਵੇ ਇਸ ਲਈ ਹੋਵੇ ਉਹਨੂੰ ਉਮੀਦ ਹੋਵੇ ਵੀ ਯਾਰ ਇੰਪਰੂਵ ਕਰੂਗਾ ਬੰਦਾ ਮੈਨੂੰ ਮੈਂ ਤਾਂ ਮੇਰੇ ਆਸ-ਪਾਸ ਕੋਈ ਯੈਸਮੈਨ ਨਹੀਂ ਹੈ ਜੋ ਕੋਈ ਯੈਸਮੈਨ ਹੋਵੇ ਉਹ ਜ਼ਿਆਦਾ ਦਿਨ ਨਹੀਂ ਰਹਿੰਦਾ ਮੇਰੀ ਕੋਰ ਟੀਮ ਹੈ देयर इज नो ਯੈਸਮੈਨ ਆਮ ਵੈਰੀ ਓਪਨ ਫਾਰ ਦਾ ਫੀਡਬੈਕਸ ਟੂ ਇੰਪਰੂਵਮੈਂਟ ਮਤਲਬ ਡਾਇਰੈਕਟਲੀ ਬੋਲਦੇ ਨੇ ਕਿ ਤਸਨੀਤ ਇਟ ਇਸ ਰੋਂਗ ਦਿਸ ਇਸ ਰੋਂਗ ਐਂਡ ਦੈਨ ਦੈਨ ਆ ਗੋ ਟੂ ਥੈਮ ਐਂਡ ਟੈਲ ਥੈਮ ਆਸਕ ਥੈਮ ਹਾਊ ਟੂ ਇੰਪਰੂਵ ਇਟ ਯਾਰ ਜੀ ਦੱਸਤਾ ਸੋਲੂਸ਼ਨ ਵੀ ਦੱਸੋ ਅੱਛਾ ਤੁਸੀਂ ਅਮਰੀਕਾ ਦਾ ਜ਼ਿਕਰ ਕੀਤਾ ਸੀ ਕਿ ਜਿਹੜਾ ਤੁਹਾਡਾ ਸਭ ਤੋਂ ਜ਼ਿਆਦਾ ਰੈਵਨਿਊ ਅਮਰੀਕਾ ਤੋਂ ਆ ਰਿਹਾ ਹੈ ਅਮਰੀਕਾ ਕਿਉਂਕਿ ਪੰਜਾਬ ਦੇ ਵਿੱਚ ਨਾ ਬੜਾ ਕਲਚਰ ਹੈ ਕਿ ਕੈਨੇਡਾ ਜਾਣਾ ਹੈ ਪਰ 10+2 ਕੀਤੀ ਉਸ ਤੋਂ ਬਾਅਦ ਗ੍ਰੈਜੂਏਸ਼ਨ ਕੀਤੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੁਬਈ ਇਹ ਸਾਰੀ ਕੰਟਰੀਜ਼ ਆਪਾਂ ਪੰਜਾਬੀ ਬਹੁਤ ਭਰੇ ਹੋਏ ਆ ਤੁਸੀਂ ਡਾਇਰੈਕਟਲੀ ਕਦੇ ਨਹੀਂ ਸੋਚਿਆ ਕਿ ਅਮਰੀਕਾ ਹੀ ਚਲੇ ਜਾਵਾਂ ਮੈਂ ਨਹੀਂ ਰਹਿ ਮ ਅਮਰੀਕਾ ਨਹੀਂ ਜਦੋਂ 2012 13 ਦਾ ਜ਼ਿਕਰ ਹੋ ਰਿਹਾ ਹੈ 13 ਜੁਲਿਆ ਅਮਰੀਕਾ ਦਾ ਵੀਜ਼ਾ ਰਿਜੈਕਟ ਹੋ ਗਿਆ ਦੁਬਾਰੀ ਵੀਜ਼ਾ ਰਿਜੈਕਟ ਹੋ ਗਿਆ ਮਤਲਬ ਡਿਡ ਨਾਟ ਗੈਟ ਦਾ ਵੀਜ਼ਾ ਵੀਜ਼ਾ ਤੁਸੀਂ ਮਤਲਬ ਅਪਲਾਈ ਕੀਤਾ ਸੀ ਤੇ ਉਸ ਵਾਰ ਰਿਜੈਕਟ ਹੋ ਗਿਆ ਹਾਂਜੀ ਫਿਰ ਤੁਸੀਂ ਦੁਬਾਰਾ ਕਦੋਂ ਅਪਲਾਈ ਕੀਤਾ ਫਿਰ ਮੈਂ 2017 ਵਿੱਚ ਕੀਤਾ ਫਿਰ ਉੱਥੋਂ ਦੇ ਗਵਰਨਰ ਸਾਹਮਣੇ ਲੈਟਰ ਭੇਜੀਤਾ ਮੈਨੂੰ फिर उन्होंने कुछ नहीं पूछा तो वीजा देता <laughs> अच्छा बहुत सारे ए भी कल्चर है कि बहुत सारे लोग ना जड़े तो मैं फनी स्टोरी द 2013 में मेरा वीजा रिजेक्ट होया 202022 आई वाज इनवाइटेड बाय द इंडियन द यूएस वाइस प्रेसिडेंट टू डिस्कस द साइबर सिक्योरिटी ता हालात ਬੈਡੀ ਚੇਂਜ ਹੋ ਜਾਂਦੇ ਹੂੰ। ਹੂੰ। ਇਹ ਮੈਂ ਉਸ ਪੁਆਇੰਟ ਦੇ ਉੱਤੇ ਆਣਾ ਸੀ ਪਰ ਪਹਿਲਾਂ ਮੈਂ ਤੁਹਾਡੀ ਉਹ ਵੀਜ਼ਾ ਸਟੋਰੀ ਜਾਨਣਾ ਚਾ ਰਿਹਾ ਸੀਗਾ। ਬਹੁਤ ਸਾਰੇ ਲੋਕ ਨਾ ਦੇਖੋ ਇਹ ਵੀ ਕਲਚਰ ਹੈ ਕਿ ਤੁਸੀਂ ਜਦੋਂ ਬਹੁਤ ਸਕਸੈਸਫੁਲ ਹੋ ਜਾਂਦੇ ਹੋ ਤੁਹਾਡੇ ਕੋਲ ਮਿਲੀਅਨ ਬਿਲੀਅਨਸ ਪੈਸੇ ਹੋ ਜਾਂਦੇ ਹਨ ਤਾਂ ਤੁਸੀਂ ਸੈਟਲਡਾਊਨ ਹੋ ਜਾਂਦੇ ਹੋ ਆਊਟ ਆਫ ਇੰਡੀਆ ਜਾ ਕੇ। ਬਿਲਕੁਲ। ਕਿ ਚਲੋ ਠੀਕ ਹੈ ਕੋਈ ਗੱਲ ਨਹੀਂ ਇੱਥੇ ਵੀ ਘਰ ਹੈ ਉੱਥੇ ਵੀ ਜਾ ਕੇ ਹੈ ਤੁਸੀਂ 2-4 ਮਹੀਨੇ ਉੱਥੇ ਰਹਿੰਦੇ ਹੋ ਇੱਥੇ ਰਹਿੰਦੇ ਹੋ। ਤ੍ਰਿਸ਼ਨੀਤ ਐਵੇਂ ਕਰਦੇ ਆ ਸੋਚਿਆ ਇਸ ਤਰੀਕੇ ਨਾਲ ਨਹੀਂ ਕਰਦਾ। ਆਲਰੇਡੀ ਕਰਨਾ ਪੈਂਦਾ। ਮੈਨੂੰ ਇਹ ਬਿਜ਼ਨਸ ਰਿਕ ਲੈਂਦੇ ਹੈ ਬਟ ਕਿਤਨਾ ਕਿਤਨਾ ਇਕੋਸਿਸਟਮ ਦੀ ਪ੍ਰੋਬਲਮ ਹੈ ਗੌਰਵ ਸਾਹਿਬ ਇੱਥੇ ਜਪਾ ਸਪੈਸ਼ਲੀ ਗੱਲ ਕਰੀ ਜਦੋਂ ਅਸੀਂ ਕਰ ਰਹੇ ਬੱਚੇ ਜਾ ਰਹੇ ਹੈ ਪੰਜਾਬ ਦੀ ਇਕੋਸਿਸਟਮ ਨਹੀਂ ਹੈ ਕੋਈ ਕੋਈ ਆਪਣਾ ਘਰ ਛੱਡ ਕੇ ਨਹੀਂ ਜਾਣਾ ਚਾਹੁੰਦਾ ਬਿਲਕੁਲ ਤੁਸੀਂ ਆਪਣਾ ਘਰ ਛੱਡ ਕੇ ਛੱਡਣਾ ਚਾਹੋਗੇ ਨਹੀਂ ਨਹੀਂ ਬਿਲਕੁਲ ਨਹੀਂ ਛੱਡਣਾ ਚਾਹੋ ਇਕੋਸਿਸਟਮ ਦੀ ਪ੍ਰੋਬਲਮ ਹੈ ਇਕੋਸਿਸਟਮ ਨਹੀਂ ਹੈ ਤਾਂ ਕਰਕੇ ਬੱਚੇ ਬਾਹਰ ਜਾ ਰਹੇ ਹੈ ਇਹ ਆਪਣਾ ਸਮਝਣ ਦੀ ਲੋੜ ਹੈ ਕਮਲਾ ਹਰੀਸ ਨਾਲ ਕੀ ਗੱਲਬਾਤ ਹੋਈ साइबर सिक्योरिटी द डिस्कशन होई उस तो बाद बहुत इनवाइट किता उन्होंने किना कि दे थ्रू किता ਤੁਹਾਡੇ ਨਾਲ ਗੱਲਬਾਤ ਹੋਈ ਆ ਡਾਇਰੈਕਟਲੀ ਉਥੇ ਜਾ ਕੇ ਤੁਸੀਂ ਮਿਲੇ ਕਿਉਂਕਿ ভাইস প্রেসিডেন্ট ਆਫ ਅਮਰੀਕਾ ਯੂ ਐਸ اے ਬਹੁਤ ਵੱਡੀ ਗੱਲ ਹੈ ਉਹਨਾਂ ਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਘੱਟ ਇੰਡੀਅਨਸ ਹੋਣੇ ਆ ਜਿਹੜੇ ਮਿਲੇ ਹੋਣੇ ਆ ਫਿਊ ਇੰਡੀਅਨਸ ਹੋਣੇ ਆ ਮੈਂ ਹੰਡਰਡਸ ਦੇ ਵਿੱਚ ਵੀ ਮੈਨੂੰ ਲੱਗਦਾ ਪਤਾ ਨਹੀਂ ਹੋਣੇ ਨਹੀਂ ਪਿਛਲੇ 2 4 5 ਸਾਲਾਂ ਦੇ ਵਿੱਚ ਫਰਸਟ ਇੰਡੀਅਨ ਵਾਸ ਇਨਵਾਈਟਿਡ ਬਾਈ ਦਾ ভাইস ਪ੍ਰੈਜ਼ੀਡੈਂਟ ਆਫ ਯੂ ਐਸ ਕੀ ਕਿਵੇਂ ਉਸ ਬਾਬ ਬਣਿਆ ਉਹ ਪੂਰਾ ਵੀ ਵਰਕ ਫਾਰ ਦਾ ਸਟੇਟ ਆਫ ਨਿਊ ਮੈਕਸੀਕੋ ਓਕੇ ਤੇ ਜਿਹੜੇ ਉੱਥੇ ਸਾਡੇ ਲੋਕਲ ਮੇਰੇ ਫੈਮਲੀ ਵੀ ਐ 파ਟਨਰ ਵੀ ਐ ਹਨਾ ਪਵਨ ਸਿੰਘ 팀 사지 ਤੇ ਉਹਨਾਂ ਨੇ ਸੋ ਗਵਰਨਰ ਨੇ ਵਾਈਸ ਪ੍ਰੈਜ਼ੀਡੈਂਟ ਨੇ ਉੱਥੇ ਆਨਾ ਸੀਗਾ ਤਾਂ ਗਵਰਨਰ ਹਸ ਸਿਲੈਕਟਡ ਓਨਲੀ 10 15 ਪੀਪਲ ਅਲੱਗ-ਅਲੱਗ ਡੋਮੇਨ ਤੋਂ ਤਾਂ ਸਾਈਬਰ ਸਕਿਉਰਿਟੀ ਇਜ਼ ਅ ਹੌਟ ਟਾਪਿਕ ਤਾਂ ਉਹਨਾਂ ਨੇ ਕਿਹਾ ਵੀ ਸਾਈਬਰ ਸਕਿਉਰਿਟੀ ਤੇ ਤ੍ਰਿਸ਼ਨੀਤ ਗੱਲ ਕਰੂਗਾ ਵੀ ਵਿਦ ਦਾ ਵਾਈਸ ਪ੍ਰੈਜ਼ੀਡੈਂਟ ਤਾਂ ਗਵਰਨਰ ਨੇ ਉਹਨਾਂ ਨੇ ਵਰਨਨ ਨਹੀਂ ਉਹਨਾਂ ਨੂੰ ਕਿਹਾ ਤਾਂ that's how i was invited ਤੇ ਹਰ ਟਾਪਿਕ ਤੇ ਅਲੱਗ-ਅਲੱਗ ਜਿਵੇਂ water ਦਾ ਇਸ਼ੂ ਸੀਗਾ ਤਾਂ water ਲਈ ਸਬਜੈਕਟ ਡੋਮੇਨ ਸੀਗਾ ਤੇ ਸਾਈਬਰ ਸਕਿਉਰਿਟੀ ਤੇ i was the one اچھا ਇਹ ਦੱਸੋ ਕਿ ਬਹੁਤ ਸਾਰੇ ਨਾ ਐਗਜ਼ਾਮਪਲ ਦਿੱਤੇ ਜਾਂਦੇ ਆ ਇੰਡੀਆ ਅਮਰੀਕਾ ਦੀ ਇੱਕ ਸਾਈਬਰ ਸਕਿਉਰਿਟੀ ਦੇ ਉੱਤੇ ਅਮਰੀਕਨਸ ਕੀ ਔਰ ਇੰਡੀਆ ਦੇ ਵਿੱਚ ਕੀ ਸੇਮ ਟੂਲਸ ਯੂਜ਼ ਹੋ ਰਹੇ ਆ ਉਸ ਤੋਂ ਸੇਮ ਹੈ ਇਹ ਡਿਫਰੈਂਟ ਹੈ ਕੁਝ ਕਿਉਂਕਿ ਬਹੁਤ ਜ਼ਿਕਰ ਹੁੰਦਾ ਹੈ ਇੱਥੇ ਦੀਆਂ ਏਜੰਸੀਜ਼ ਦਾ ਉੱਥੇ ਦੀਆਂ ਏਜੰਸੀਜ਼ ਦਾ ਟੈਕਨੋਲੋਜੀ ਨੂੰ ਵੀਜ਼ਾ ਨਹੀਂ ਨਾ ਚਾਹੀਦਾ ਹਾਂ ਟੈਕਨੋਲੋਜੀ ਜਾ ਰਹੀ ਹੈ ਤਾਂ ਉਹ ਡਿਫਰੈਂਟ ਤੁਸੀਂ ਕਹਿ ਰਹੇ ਹੋ ਕਿ ਐਕਸਪੀਰੀਅੰਸ ਹੀ ਕਮ ਲਹਿਰੀ ਇਸ ਵਾਰ ਬਿਲਕੁਲ 100% ਹਮ ਇਮਾਨੁਅਲੀ ਗੱਲ ਸਹੀ ਹੈ ਬਿਲਕੁਲ ਮੈਂ ਤਾਂ ਉਹੀ ਕਹ ਰਿਹਾ ਕਿ ਇੱਥੇ ਤੁਸੀਂ ਕੋਈ ਲੋਕਲ ਮਿਨਿਸਟਰ ਚੀਫ ਮਿਨਿਸਟਰ ਤੱਕ ਮਿਲਣਾ ਹੋਵੇ ਪਹੁੰਚਣਾ ਹੋਵੇ ਇੱਕ ਬਹੁਤ ਅਚੀਵਮੈਂਟ ਲੋਕਾਂ ਨੂੰ ਲੱਗਦੀ ਹੈ ਬੜਾ ਅੱਜਕੱਲ ਕਲਚਰ ਹੈ ਕਿ ਫੋਟੋ ਖਿੱਚ ਕੇ ਕਿਸੇ ਐ ਮਲੇ ਦੇ ਨਾਲ ਵੀ ਬਾਦਨਿਆ ਲੋਕ ਤੁਸੀਂ ਲੁਧਿਆਣਾ ਤੋਂ ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਤੱਕ ਪਹੁੰਚੇ ਹੋ ਅੱਛਾ ਮੈਂ ਥੋੜੇ ਕੁਐਸਚਨਸ ਹੁਣ ਲੇਮਨ ਦੇ ਨਾਲ ਜੁੜੇ ਹੋਏ ਪੁੱਛਣਾ ਚਾਹੁੰਦਾ ਦੇਖੋ ਬਹੁਤ ਸਾਰੇ ਲੋਕ ਕਹਿੰਦੇ ਕਿ ਆਪਣੀ ਪ੍ਰਾਈਵੇਸੀ ਅੱਜ ਕੱਲ ਹੈ ਹੀ ਨਹੀਂ ਮੈਨੂੰ ਸਾਈਬਰ ਸਿਕਿਉਰਿਟੀ ਆ ਮੈਨੂੰ ਜਿਹੜੀ ਹੈਕਿੰਗ ਹੈ ਸਭ ਤੋਂ ਵੱਧ ਖਤਰਾ ਕਿਸ ਚੀਜ਼ ਤੋਂ ਹੈ ਤੁਹਾਡੇ ਲਈ ਸਭ ਤੋਂ ਵੱਧ ਖਤਰਾ ਇਹ ਹੈ ਵੀ ਤੁਹਾਡਾ ਆਪਣਾ ਪਰਸਨਲ ਇਨਫੋਰਮੇਸ਼ਨ ਕਿਤੇ ਬਾਹਰ ਡਿਸਕਲੋਜ਼ ਨਾ ਹੋ ਜਾਵੇ ਕਿਵੇਂ ਹੋ ਸਕਦਾ ਹੈ ਥਾਡੇ ਫੋਨ ਚ ਕੋਈ ਨਾ ਕੋਈ ਤੁਸੀਂ ਇਦਾਂ ਦੀ ਐਪਲੀਕੇਸ਼ਨ ਇੰਸਟਾਲ ਕਰੋਗੇ ਜਿੱਦੀ ਇਨਫੋਰਮੇਸ਼ਨ ਤੁਹਾਨੂੰ ਨਹੀਂ ਪਤਾ ਬਟ ਉਹ ਸਟੋਰ ਕਰ ਰਿਆ ਹੈ ਹੂੰ ਬਿਲਕੁਲ ਠੀਕ ਹੈ ਉਹ ਆਪਣੇ ਉਹ ਕੇ ਐਡਵਰਸ ਤਰੀਕੇ ਲਈ ਵੀ ਯੂਜ਼ ਕਰ ਸਕਦੇ ਹੈ ਸੋ ਤੁਹਾਨੂੰ ਨਹੀਂ ਪਤਾ ਸੋ ਇੱਕ ਤੁਹਾਡਾ ਥ੍ਰੈਟ ਹੈ ਸੈਕੰਡ ਥ੍ਰੈਟ ਤੁਹਾਡੇ ਲਈ ਹੈ ਤੁਸੀਂ ਪੇਮੈਂਟਸ ਆਨਲਾਈਨ ਪੇਮੈਂਟਸ ਟਰਾਂਸਫਰ ਕਰ ਰਹੇ ਹੋ ਅੱਜਕਲ ਕੋਈ ਵੀ ਬੰਦਾ ਕੈਸ਼ ਨਹੀਂ ਕੈਰੀ ਕਰਦਾ ਆਫਟਰ ਦ ਸਪੈਸ਼ਲੀ ਡੀਮੋਨਟਾਈਜੇਸ਼ਨ ਤੋਂ ਬਾਅਦ ਤੇ ਉਹ ਤੁਹਾਡਾ ਪੇਮੈਂਟ ਕੋਈ ਵੀ ਗਲਤ ਤਰੀਕੇ ਨਾਲ ਯੂਜ਼ ਹੋ ਸਕਦੀ ਹੈ ਤੁਸੀਂ ਓਟੀਪੀ ਸ਼ੇਅਰ ਕਰ ਸਕਦੇ ਹੋ ਜਾਂ ਤੁਹਾਡੀ ਟਰਾਂਜੈਕਸ਼ਨ ਗਲਤ ਹੋ ਸਕਦੀ ਹੈ ਹਾਂ ਸੋ ਇਹ ਸੈਕੰਡ ਥ੍ਰੈਟ ਹੈ ਇਹ ਦੋ ਮੇਜਰ ਥ੍ਰੈਟ ਹੈ ਫॉर ਐਨੀ ਇੰਡੀਵਿਜੂਅਲ ਠੀਕ ਹੈ ਹਾਂ ਅੱਜ ਅੱਜ ਦੀ ਡੇਟ ਦੇ ਵਿੱਚ ਆਪਣੇ ਤੋਂ ਵੱਧ ਮੇਰੇ ਤੋਂ ਵੱਧ ਮੇਰੇ ਬਾਰੇ ਮੇਰਾ ਫੋਨ ਜਾਣਦਾ ਹੈ ਨੋ ਡਾਊਟ ਇਸ ਸਾਰੇ ਲਈ ਐਪਲੀਕੇਬਲ ਹੈ ਹਾਂ ਨਾ ਜੇ ਫੋਨ ਜਾਣਦਾ ਹੈ ਤਾਂ ਫੋਨ ਉਹ ਇਨਫੋਰਮੇਸ਼ਨ ਕਿਤੇ ਮਿਸਯੂਜ਼ ਵੀ ਹੋ ਸਕਦੀ ਹੈ ਮੇਰਾ ਫੋਨ ਹੈਕ ਹੋ ਸਕਦਾ ਹੈ ਤਾਨੂੰ ਕੀ ਇਦਾਂ ਨਹੀਂ ਪਤਾ ਵੀ ਆਲਰੇਡੀ ਹੈਕ ਹੋਵੇ ਨਹੀਂ ਮਤਲਬ ਬਹੁਤ ਸਾਰੀਆਂ ਕੰਪਨੀਆਂਜ਼ ਬਹੁਤ ਦੋ ਦੋ ਤਰ੍ਹਾਂ ਦੇ ਬੰਦੇ ਹੁੰਦੇ ਆ ਇਸ ਦੁਨੀਆ 'ਚ ਇੱਕ ਜਿਨ੍ਹਾਂ ਨੂੰ ਪਤਾ ਵੀ ਮੈਂ ਹੈਕ ਆ ਤੇ ਦੂਜੇ ਜਿਨ੍ਹਾਂ ਨੂੰ ਨਹੀਂ ਪਤਾ ਹੈਕ ਦੋਨੇ ਹੀ ਹੈ ਇਦਾਂ ਤਾਂ ਮਤਲਬ ਇਹ ਹੋਇਆ ਕਿ ਹੈਕ ਦੋਨੇ ਹੀ ਹੈ 100% 100% ਸਭ ਤੋਂ ਵੱਧ ਖਤਰਾ ਕੋਈ ਐਪਲੀਕੇਸ਼ਨ ਦੇ ਨਾਲ ਹੈ ਮੈਂ ਇਸ ਕਰਕੇ ਪੁੱਛ ਰਿਹਾ ਕਿ ਬਹੁਤ ਸਾਰੇ ਲੋਕ ਤੁਹਾਨੂੰ ਫੋਲੋ ਕਰਦੇ ਹੋਣਗੇ ਸ਼ਾਇਦ ਉਹ ਕੁਐਸਚਨ ਨਹੀਂ ਪੁੱਛਣਾ ਚਾਹੁੰਦੇ ਹੋਣ ਅ कि मैं कोई सोशल मीडिया ऐप यूज़ कर रहे हैं उसी वजह दे नाल है या कोई और ऐप यूज़ कर रहे हैं मैं टेक्निकली ये अनऑथराइज्ड ऐप जड़ी थानू नहीं पता ਤੁਸੀਂ ਕਿਸੇ ਵੀ ਚੀਜ਼ ਲਈ ਡਾਊਨਲੋਡ ਕਰ ਰਹੇ ਹੋ ਬਟ ਉਹਦਾ ਪਰਪਸ ਹੁੰਦਾ ਵੀ ਤੁਹਾਡਾ ਡਾਟਾ ਲੈਣਾ ਹਮ ਅੱਜ ਮੈਂ ਤੁਹਾਡੇ ਫੋਨ ਚ ਕੋਈ ਐਪਲੀਕੇਸ਼ਨ ਪਾਦਾ ਮੈਂ ਡਾਟਾ ਤੁਹਾਡਾ ਸਾਰਾ ਰਸੀਵ ਕਰ ਉਹ ਅੰਦਰ ਰਹਿੰਦਾ ਕਿ ਅਲਾਓ ਅਲਾਓ ਓਕੇ ਉਹ ਜੇ ਆਪਾਂ ਕਰਦੇ ਜਾ ਰਹੇ ਹਾਂ ਤਾਂ ਸਾਰੀ ਆਪਣੀ ਇਨਫੋਰਮੇਸ਼ਨ ਸ਼ੇਅਰ ਹੋ ਰਹੀ ਹੈ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਊਂਗਾ ਤੁਸੀਂ ਆਪਣੇ ਇੱਥੇ ਆਈਫੋਨ ਯੂਜ਼ ਕਰ ਰਹੇ ਹੋ ਫੋਟੋਸ ਸੈਟਿੰਗਸ ਤੋਂ ਜਾ ਕੇ ਫੋਟੋਸ ਦੇਖੋ ਠੀਕ ਹੈ ਮੈਂ ਨਾਲ ਵੀ ਟਰਾਈ ਕਰ ਸਕਦਾ ਬਿਲਕੁਲ 100% ਫੋਟੋਸ ਦੀ ਸੈਟਿੰਗਸ ਜਾਣਾ ਸੈਟਿੰਗਸ ਜਾ ਕੇ ਫੋਟੋਸ ਓਕੇ ਸੈਟਿੰਗਸ ਔਰ ਉਸ ਤੋਂ ਬਾਅਦ ਫੋਟੋਸ ਤੁਹਾਨੂੰ ਸਰਚ ਕਰੋ ਫੋਟੋਸ ਫੋਟੋਸ ਆ ਗਿਆ ਹੁਣ ਤੁਸੀਂ ਦੇਖੋ ਫੋਟੋਸ ਕਿਹਦੇ ਕਿਹੜੀ ਐਪਲੀਕੇਸ਼ਨ ਨਾਲ ਸ਼ੇਅਰ ਹੋ ਰਹੀ ਹੈ ਇਟ 90% ਉਹਦਾ ਦੀ ਐਪਲੀਕੇਸ਼ਨ ਹੋਣਗੇ ਜਿਨ੍ਹਾਂ ਨੂੰ ਫੋਟੋਸ ਨਾਲ ਤੁਹਾਡਾ ਨਹੀਂ ਲੈਣ ਦੇਣ ਬਟ ਤੁਸੀਂ ਸ਼ੇਅਰ ਕਰ ਰਹੇ ਹੋ ਜਿਵੇਂ ਬਿਜ਼ਨਸ ਸੂਟ ਫੇਸਬੁਕ ਗੂਗਲ ਪੇ ਮੇਰੀ ਮੇਰੀ ਬੈਂਕ ਦੀ ਜਿਹੜੀ ਐਪ ਹੈ ਉਹ ਮੇਰੇ ਕੋਲ ਜਿਹੜੇ ਕਿਆ ਕਹਿੰਦੇ ਨੇ ਮਿਊਚੁਅਲ ਫੰਡਸ ਐ ਉਹ ਐਪ ਦੇ ਨਾਲ ਹੋ ਰਿਹਾ ਹੈ ਅੱਛਾ ਤਾਂ ਇਹ ਸਾਰੀਆਂ ਚੀਜ਼ਾਂ ਹੈ ਮਤਲਬ ਇਹ ਹੈ ਕਿ ਇਹ ਮੇਰੇ ਐਕਸੈਸ ਕਰ پا ਰਹੇ ਹੈ ਮੇਰੀ ਫੋਟੋਸ ਨੂੰ ਮੈਂ ਜੋ ਵੀ ਆਪਣੇ ਫੋਨ ਦੇ ਵਿੱਚ ਸਟੋਰ ਕਰ ਰਹੇ ਹੈ ਤੇ ਇਹ ਇਹ ਮਤਲਬ ਸਾਨੂੰ ਬੰਦ ਕਰਨਾ ਪਏਗਾ ਮਤਲਬ ਸਾਰੇ ਲੋਕਾਂ ਨੂੰ ਇੰਟਰਸਟਿੰਗ ਚਲੋ ਆਪਾਂ ਤੁਸਾਨੂੰ ਹੋਰ ਇੱਕ ਐਗਜ਼ਾਮਪਲ ਦਿੰਦਾ ਜੀ ਤੁਸੀਂ ਮਾਈਕ ਜਾ ਕੇ ਦੇਖੋ ਮਾਈਕ ਤੁਹਾਡਾ ਕਿਹੜੀਆਂ ਕਿਹੜੀਆਂ ਐਪਲੀਕੇਸ਼ਨਾਂ ਸ਼ੇਅਰ ਹੈ ਥੈਟਸੋ ਮਾਈਕ ਆਨ ਰਹੇਗਾ ਕਿ ਜਿਹੜੀ ਆਪਾਂ ਗੱਲ ਕਰ ਰਹੇ ਹੈ ਉਹ ਸ਼ਾਇਦ ਉਹ ਸ਼ੇਅਰ ਹੋ ਰਹੀ ਹੋਵੇ ਨਹੀਂ ਫਿਰ ਇਹ ਲੋਕਾਂ ਨੂੰ ਪਤਾ ਨਹੀਂ ਲੱਗ ਪਾ ਰਿਹਾ ਜਾਂ ਕੀ ਤੁਹਾਨੂੰ ਲੱਗਦਾ ਇਹ ਲੈਕ ਆਫ ਨੋਲੇਜ ਹੈ ਐਂਡ ਲੋਕਾਂ ਦੇ ਚ ਕਸੂਰ ਨਹੀਂਗਾ ਟੈਕਨੋਲੋਜੀ ਬਹੁਤ ਜਲਦੀ ਰੈਪਿਡਲੀ ਚੇਂਜ ਹੋ ਰਹੀ ਹੈ ਤਾਂ ਅਡਾਪਸ਼ਨ ਆ ਗਈ ਬਟ ਜਿੱਦਾਂ ਅਡਾਪਸ਼ਨ ਆ ਗਈ ਫੋਨ ਦੀ ਇਦਾਂ ਸਿਕਿਉਰਿਟੀ ਦੀ ਅਡਾਪਸ਼ਨ ਦੀ ਵੀ ਲੋੜ ਹੈ ਇਹ ਹੌਲੀ ਹੌਲੀ ਆਏਗੀ ਠੀਕ ਹੈ ਮੈਂ ਇੱਕ ਹੋਰ ਆਮ ਬੰਦੇ ਦੇ ਨਾਲ ਜੁੜਿਆ ਹੋਇਆ ਸਵਾਲ ਹੀ ਪੁੱਛਣਾ ਚਾਹੁੰਦਾ ਕਿ ਅਸੀਂ ਰੋਕ ਸਕਦੇ ਹਾਂ ਇਸ ਚੀਜ਼ ਨੂੰ ਕਿ ਜੇ ਮੇਰੇ ਪੈਸੇ ਮੇਰੇ ਅਕਾਊਂਟ ਦੇ ਵਿੱਚੋਂ ਨਿਕਲਦੇ ਹੋ ਉਹ ਵੀ ਇੱਕ ਸਾਈਬਰ ਸੈਕਿਉਰਿਟੀ ਦਾ ਜੁੜਿਆ ਹੋਇਆ ਮਾਮਲਾ ਹੈ ਕਿ ਮੇਰੀ ਗਲਤੀ ਹੋਏਗੀ ਤਾਂ ਹੀ ਕੋਈ ਹੈਕ ਕਰ ਪਾਏਗਾ ਜਾਂ ਬਿਨਾਂ ਗਲਤੀ ਤੋਂ ਵੀ ਹੈਕ ਕਰ ਸਕਦਾ ਤੁਹਾਡੀ ਗਲਤੀ ਹੋਏਗੀ ਤਾਂ ਹੀ ਹੋ ਸਕਦਾ ਤਾਂ ਹੀ ਹੋ ਸਕਦਾ ਕਿ ਕੁਝ ਨਾ ਕੁਝ ਮੈਂ ਐਸਾ ਕਰੂੰਗਾ ਤਾਂ ਗਲਤੀ ਹੋਈਗੀ ਹੋਈਗੀ ਚਲੋ ਮੈਂ ਇੱਕ ਲਾਸਟ ਇੰਟਰਵਿਊ ਦੇ ਆਖਿਰ ਦੇ ਵਿੱਚ ਆਪਾਂ ਇੱਕ ਦੋ ਹੋਰ ਮੈਂ ਸਵਾਲ ਲਊਗਾ ਮੈਂ ਤੁਹਾਡੇ ਕੁਝ ਪੁਰਾਣੇ ਇੰਟਰਵਿਊ ਸੁਣ ਰਿਹਾ ਸੀ ਤੁਸੀਂ ਬਹੁਤ ਜ਼ਿਕਰ ਕਰ ਰਹੇ ਸੀ ਜਿਹੜੇ ਇਨਫੈਕਟ ਤੁਸੀਂ ਮੇਰੇ ਨਾਲ ਵੀ ਪਹਿਲਾਂ ਜ਼ਿਕਰ ਕੀਤਾ ਕਿ ਜਿਹੜੇ ਲੋਕ ਬਾਹਰ ਜਾ ਰਹੇ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇਖੋ ਤੁਸੀਂ ਕੋ ਸਕਸੈਸਫੁਲ ਬੰਦੇ ਜਿਨ੍ਹਾਂ ਦੀ ਇੱਕ ਬਹੁਤ ਵੱਡੀ ਕੰਪਨੀ ਹੈ ਤੁਸੀਂ ਇੱਥੇ ਬੈਠ ਕੇ ਕਹੋ ਕਿ ਨਹੀਂ ਨਹੀਂ ਇਹ ਇੱਕ ਇਕੋਸਿਸਟਮ ਦੀ ਪ੍ਰੋਬਲਮ ਹੈ ਜਾਂ ਕੁਝ ਹੋ ਰਿਹਾ ਹੈ ਦੇਖੋ ਬੁਰਾ ਨਾ ਮੰਨਾਂ ਪਰ ਤੁਹਾਡੇ ਲਈ ਆਸਾਨ ਹੈ ਇੱਕ ਸ਼ਖਸ ਜਿਹਦੇ ਕੋਲ ਇੱਥੇ ਨਹੀਂ ਕੋਈ ਰੋਜ਼ਗਾਰ ਹੈਗਾ ਉਹਦੇ ਲਈ ਇੱਥੇ ਰਹਿ ਕੇ ਕੰਮ ਕਰਨਾ ਮੁਸ਼ਕਿਲ ਹੈ ਉਹ ਬਾਹਰ ਜਾਣਾ ਚਾਹੁੰਦਾ ਤੁਹਾਨੂੰ ਲੱਗਦਾ ਹੈ ਕਿ ਉਹ ਗਲਤ ਸਟੈਪ ਲੈ ਰਿਹਾ ਮੇਰੇ ਸਾਹ ਕੀ ਕਰੇ ਫਿਰ ਉਹ ਅੰਟਰਪ੍ਰੈਨਰਸ਼ਿਪ मतलब तू सी 75000 ਨਾਲ ਸ਼ੁਰੂ ਕਰ ਲਿਓ ਹੋ ਸਕਦਾ ਕਿ ਉਹਦੀ ਨਾ ਸਕਸੈਸਫੁਲ ਹੋਵੇ ਜਿਹੜਾ ਉਹਦੇ ਕੋਲ 2-4 ਲੱਖ ਹੋਏਗਾ ਉਹ ਵੀ ਖਤਮ ਹੋ ਜਾਏ ਤੁਹਾਨੂੰ ਕਿਦਾਂ ਪਤਾ ਵੀ ਮੈਂ ਸਕਸੈਸਫੁਲ ਸਕਸੈਸ ਹੀ ਮੈਨੂੰ ਮਿਲਿਆ ਸੀ ਪਹਿਲੀ ਵਾਰ ਚ ਹਮ ਫੇਲਿਅਰ ਇਸ ਪਾਰਟ ਆਫ ਲਾਈਫ ਫੇਲਿਅਰ ਤੋਂ ਨਿਕ ਜੀਸ ਮਿਲਦੀ ਹੈ ਐਕਸਪੀਰੀਅੰਸ ਆਈ ਦੀ ਡੇਟਸ ਪ੍ਰੋਬਲਮ ਕੀ ਹੈ ਵੀ ਆਪਾਂ ਬਹੁਤ ਜਲਦੀ ਪੈਸਾ ਕਮਾਉਣਾ ਚਾਹੁੰਦੇ ਆ ਹਮ ਇਹ ਇਸ ਗੱਲ ਨੂੰ ਤੁਸੀਂ 100% ਹੈਨਾ ਆਪਾਂ ਲਾਦਾ ਬਾਰ ਜਾ ਕੇ ਆਪਣੇ ਪੇਟ ਤੇ ਪੈਸੇ ਲੱਗੇ ਆਪਾਂ ਉਤਾਰ ਲਾਂਗੇ ਇਦਾਂ ਨਹੀਂ ਹੈ ਜੀ ਉੱਥੇ ਜਾ ਕੇ ਡੋਮੈਸਟਿਕ ਕੰਮ ਹੀ ਕਰ ਰਹੇ ਬੱਚੇ ਮੈਂ ਬਾਰ ਬਾਰ ਕਹਿੰਦਾ ਡੋਮੈਸਟਿਕ ਕੰਮ ਤੁਸੀਂ ਇੱਥੇ ਕਰੋ ਆਪਣੇ ਪੰਜਾਬ ਪੰਜਾਬ ਨੂੰ ਮੈਂ ਤੁਹਾਨੂੰ ਜੀ ਦੇਖੋ ਗੱਲ ਇਹ ਹੈ ਕਿ ਮੈਂ ਥੋੜਾ ਜਿਹਾ ਪ੍ਰੈਕਟੀਕਲ ਗੱਲ ਕਰਦਣਾ ਕਿਸੇ ਚੰਗੇ ਘਰ ਦਾ ਮੁੰਡਾ ਤੁਸੀਂ ਕਹੋ ਕਿ ਜਿਵੇਂ ਉੱਥੇ ਜਾ ਕੇ ਲੇਬਰ ਕਰ ਰਿਹਾ ਹੈ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਚ ਵੀ ਉਹ ਲੇਬਰ ਕਰੇ ਨਹੀਂ ਮੈਂ ਤਾਂ ਨਹੀਂ ਕਹਿ ਰਿਹਾ ਹਮ ਹੁਣ ਕੀ ਕੀ ਕਰੇ ਨਾ ਮਤਲਬ ਡੋਮੈਸਟਿਕ ਕੰਮ ਤਾਂ ਉਹੀ ਹੋ ਗਈ ਕਿ ਕਿਸਦੇ ਘਰ ਜਾ ਕੇ ਲੱਗੇ ਮੈਂ ਕਿ ਉੱਥੇ ਜਾ ਕੇ ਕਰ ਸਕਦਾ ਇੱਥੇ ਕਿਉਂ ਨਹੀਂ ਕਰ ਸਕਦਾ ਹਮ ਮੈਂ ਤਾਂ ਸਿਰਫ ਇੱਕ ਮੇਰਾ ਕੁਐਸ਼ਨ ਹੈ ਯੋ ਕੀ ਕਿ ਮੈਂ ਤੁਹਾਡੀ ਗੱਲ ਨੂੰ ਸਮਝ ਰਿਹਾ ਪਰ ਗੱਲ ਇਹ ਹੈ ਨਾ ਕਿ ਤੁਸੀਂ ਦੇਖੋ ਜਿੱਥੇ ਉਹ ਰਹਿੰਦੇ ਨੇ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਗ੍ਰੈਂਡਪੇਰੈਂਟਸ ਗ੍ਰੇਟ ਗ੍ਰੈਂਡਪੇਰੈਂਟਸ ਸਭ ਦੀ ਇੱਕ ਰੈਪੋ ਜੁੜੀ ਹੁੰਦੀ ਹੈ ਈਗੋ ਦੀ ਪ੍ਰੋਬਲਮ ਹੈ ਨਾ ਹਮ ਇਟਸ ਅਬਾਊਟ ਈਗੋ ਆਪਸੇਲਫ ਰਿਸਪੈਕਟ ਤੇ ਈਗੋ ਨੂੰ ਕਨਫਿਊਜ਼ ਕੀਤਾ ਹੋਇਆ ਹੈ ਸਰ ਤਰੀ ਗੱਲ ਸਹਿਮਤ ਹੋ ਕਿ ਨਹੀਂ ਸਹਿਮਤ ਹੈ ਪਰ ਮੈਂ ਫਿਰ ਵੀ ਇਸ ਪੁਆਇੰਟ ਦੇ ਉੱਪਰ ਤੁਹਾਨੂੰ ਤੁਹਾਡੇ ਤੋਂ ਜਾਨਣਾ ਚਾਹ ਰਹੇ ਹਾਂ ਕਿ ਠੀਕ ਹੈ ਇੱਕ ਪ੍ਰੈਕਟੀਕਲ ਤੌਰ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਈਏ ਪਰ ਗੱਲ ਇਹ ਨੇ ਕਿ ਜਿਹੜੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਮੈਂ ਮੈਟ ਤੇ ਡਰੌਪ ਆਊਟ ਹਾਂ ਤੁਹਾਡੇ ਤੋਂ ਜ਼ਿਆਦਾ ਤੁਹਾਡੇ ਹੋ ਸਕਦਾ ਪੇਰੈਂਟਸ ਨੂੰ ਉਸ ਸਮੇਂ ਸੁਣਨ ਨੂੰ ਮਿਲਿਆ ਹੋਵੇ ਕਿ ਇਹਨਾਂ ਦਾ ਬੱਚਾ ਤਾਂ 8ਵੀਂ ਚ ਛੱਡ ਗਿਆ ਪਰ ਮੈਂ ਤੁਹਾਨੂੰ ਦੱਸਦਾ ਮੈਂ ਮੈਂ ਕਾਰਚ ਬੈਂਚ ਤੇ ਬੱਸ ਸਟੈਂਡ ਦੇ ਬੈਂਚ ਤੇ ਟੇਬਲ ਤੇ ਵੀ ਸੁੱਤਾ ਹਾਂ ਜਿਵੇਂ ਸ਼ਰਮ ਕਰ ਲੈਂਦਾ ਜਿੰਨੇ ਕੀਤੀ ਸ਼ਰਮ ਉਹਦੇ ਫੁੱਟੇ ਕਰ ਹਮ ਸ਼ਰਮ ਕਾਮ ਚ ਕੋਈ ਸ਼ਰਮ ਨਹੀਂ ਤੁਹਾਨੂੰ ਰਿਜੈਕਸ਼ਨ ਮਿਲੀਏਗਾ ਤੇ 100% ਅੱਜ ਵੀ ਮਿਲੀ ਹੋ ਸਕਦੀ ਹੈ ਕਿਸ ਤੋਂ ਮਤਲਬ ਬਹੁਤ ਸਾਰੀਆਂ ਸਟੋਰੀਆਂ ਹਰ ਕਿਸ ਦੀ ਹੈ ਮੀਤਾ ਬਚਨ ਨੇ ਉਹਨਾਂ ਨੇ ਵੀ ਰਿਜੈਕਸ਼ਨ 100 ਤੁਹਾਨੂੰ ਇੱਕ ਹੀ ਸਕਸੈਸ ਮਿਲਦਾ 99 ਰਿਜੈਕਸ਼ਨਸ ਹੀ ਹੁੰਦੀਆਂ ਪਰ ਸਿੱ ਟਿੱਕੇ ਰਹਿਣਾ ਹੀ ਤੁਹਾਡਾ ਕੰਮ ਹੈ ਨਹੀਂ ਕਿਉਂ ਤੁਹਾਨੂੰ ਜਿਹੜਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਫੁੱਟਪਾਥ ਤੇ ਐਵੇਂ ਦੇਖੋ ਤੁਹਾਡੀ ਜਿਹੜੀ ਮੈਂ ਹੁਣ ਤੱਕ ਦੀ ਗੱਲਬਾਤ ਕੀਤੀ ਹੈ ਉਹ ਲੱਗ ਰਿਹਾ ਕਿ ਆਲਵੇਸ ਗੁੱਡ ਸੀ ਬਸ ਜਿਹਨੂੰ ਹੱਥ ਪਾਇਆ ਉਹ ਸੋਨਾ ਹੋ ਗਿਆ ਤ੍ਰਿਸ਼ਨੀਦ ਅਰੋੜਾ ਕਾਈਂਡ ਆਫ ਪਾਰਸ ਕਿ ਜਿੱਥੇ ਕਿ ਜ਼ਿਆ ਉਹ ਬੱਲੇ ਬ ਇਹ ਠੀਕ ਹੈ ਉਹ ਰੱਬ ਨੇ ਬਣਾਏ ਹੁੰਦੇ ਆ ਬਟ 99% ਰਿਜੈਕਸ਼ਨ ਹੀ ਹੁੰਦੀ ਹੈ ਪਰ ਜਿਹੜੀ ਇੱਕ ਤੁਹਾਨੂੰ ਮਿਲਦੀ ਹੈ ਉਹ ਤੁਹਾਨੂੰ 99 ਨੂੰ ਕਵਰ ਕਰ ਦਿੰਦੀ ਹੈ ਤੁਸੀਂ ਉਹ ਇੱਕ ਉਹ ਟਿੱਕੇ ਰਹਿਣਾ ਹੀ ਤੁਹਾਡਾ ਮਕਸਦ ਹੈ ਮੈਂ ਤੁਹਾਨੂੰ ਵੈਸੇ ਗੱਲ ਦੱਸਦਾ ਵੀ ਪ੍ਰੋਬਲਮ ਕੀ ਹੈ ਜਾਣਦੀ ਤੁਸੀਂ ਆਪਾਂ ਇਹ ਗੱਲ ਕਰ ਰਹੇ ਆ ਵੀ ਨਹੀਂ ਜਾਣਾ ਚਾਹੀਦਾ ਹੈ ਚਾਹੀਦਾ ਹੈ ਜਾਣਾ ਚਾਹੀਦਾ ਉਹ ਹਰੇਕ ਦਾ ਇੰਡੀਵਿਜੂਅਲ ਡਿਸੀਜਨ ਹੈ ਪਰ ਆਪਾਂ ਇਹ ਪੰਜਾਬ ਨੂੰ ਸਮਝੀਏ ਮਹਾਰਾਸ਼ਟਰ ਕੋਲ ਬੰਬੇ ਦਿੱਲੀ ਐਨਸੀਆਰ ਕੈਪੀਟਲ ਉਹਨੂੰ ਚਲਾ ਰਿਹਾ ਹੈ ਨਾ ਹਰਿਆਣਾ ਕੋਲ ਗੁੜਗਾਉ ਹੈ ਠੀਕ ਹੈ ਜੀ ਯੂਪੀ ਕੋਲ ਨੋਇਡਾ ਹੈ ਹੂੰ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਕੋਲ ਹਾਇਦਰਾਬਾਦ ਹੈ ਕਰਨਾਟਕਾ ਕੋਲ ਬੈਂਗਲੌਰ ਹੈ ਆਪਣੇ ਕੋਲ ਕੀ ਹੈ ਜੀ ਪੰਜਾਬ ਕੋਲ ਲੁਧਿਆਣਾ ਨੂੰ ਉਸ ਕੈਟਾਗਰੀ ਚ ਰੱਖਦੇ ਹੋ ਤੁਸੀਂ ਕਿ ਨਹੀਂ ਨਹੀਂ ਤੁਸੀਂ ਉਹ ਸਰ ਦੇਖੋ ਹਾਇਦਰਾਬਾਦ ਦੇ ਵਿੱਚ ਐਮਾਜ਼ਨ ਤੇ ਮਾਈਕਰੋਸਾਫਟ ਦਾ ਲਾਰਜੈਸਟ ਆਫਿਸ ਹੈ ਵਰਲਡ ਦਾ ਆਫਟਰ देयर ਹੈਡਕੁਆਰਟਰ ਹੂੰ ਇੱਥੇ ਕਿਤਨਾ ਕਿਤੇ ਤਾਂ ਪ੍ਰੋਬਲਮ ਹੈ ਹੀ ਹੈ ਨਾ ਸਰ ਨਹੀਂ ਫਿਰ ਕੌਣ ਕੌਣ ਕਰੇਗਾ ਇਹਨੂੰ ਕੋਈ ਬੈਠਾ ਕਿਸੇ ਪਿੰਡ ਦੇ ਵਿੱਚ ਕੋਈ ਨੌਜਵਾਨ ਥੋੜੀ ਕਰੇਗਾ ਇਹ ਤਾਂ ਸਰਕਾਰਾਂ ਦਾ ਕੰਮ ਹੈ ਨਾ ਕਿ ਲਿਆਣ ਇੱਥੇ ਵੱਡੀਆਂ ਵੱਡੀਆਂ ਸਰਕਾਰ ਕੀ ਕਰ ਲੋ ਜੇ ਆਪਾਂ ਆਪ ਕੰਮ ਕਰਾਂਗੇ ਤਾਂ ਸਰਕਾਰ ਵੀ ਤੁਹਾਡੇ ਲਈ ਕੰਮ ਕਰੂਗੀ ਹੂੰ ਜੇ ਤੁਹਾਨੂੰ ਲੱਗਦਾ ਕਿ ਲੁਧਿਆਣਾ ਜਲੰਧਰ ਅੰਮ੍ਰਿਤਸਰ ਦੇ ਵਿੱਚ ਜਿਵੇਂ ਹైదరాబాద్ ਚ ਬਹੁਤ ਵੱਡੇ ਵੱਡੇ ਆਫਿਸਿਸ ਖੁੱਲੇ ਜਾਂ ਫਿਰ ਆਊਟਲੈਟਸ ਆ ਗਏ ਉਹ ਇੱਥੇ ਵੀ ਆ ਸਕਦੇ ਬਿਲਕੁਲ ਆ ਸਕਦੇ ਆ ਕਿਉਂ ਨਹੀਂ ਆ ਸਕਦੇ ਕਿਉਂ ਨਹੀਂ ਆਉਂਦੇ ਫਿਰ ਇਕੋਸਿਸਟਮ ਨੀ ਪੰਜਾਬ ਦਾ ਹੀ ਖਰਾਬ ਹੈ ਜਾਂ ਤੁਹਾਨੂੰ ਲੱਗਦਾ ਕਿ ਉਧਰ ਬੈਟਰ ਹੈ ਮਹਾਰਾਸ਼ਟਰ ਪੰਜਾਬ ਦਾ ਖਰਾਬ ਹੈ ਪੰਜਾਬ ਦਾ ਖਰਾਬ ਕੌਣ ਰਿਸਪੌਂਸਿ ਆਪਾ ਸਾਰੇ ਰਿਸਪੌਂਸਿਬਲ ਹਨ ਜੀ ਸਰਕਾਰਾਂ ਤੇ ਉਂਗਲ ਉਡਦੀਆਂ ਨਾ ਤੁਸੀਂ ਸਰਕਾਰ ਨੂੰ ਥੋੜਾ ਸੇਫ ਰੱਖ ਰਹੇ ਹੋ ਨਹੀਂ ਨਹੀਂ ਮੈਂ ਸਰਕਾਰ ਨੂੰ ਸੇਫ ਨਹੀਂ ਰੱਖ ਰਿਹਾ ਮੈਂ ਕਹਿ ਰਿਹਾ ਵੀ ਸਕਸੈਸ ਮੇਰਾ ਤੇ ਨਾਕਾਮਯਾਬੀ ਸਰਕਾਰ ਦੀ ਐਦਾਂ ਨਹੀਂ ਨਾ ਹੁੰਦਾ ਬਿਲਕੁਲ ਨਹੀਂ ਹੋ ਸਕਦਾ ਤੁਸੀਂ ਕੰਮ ਕਰੋਗੇ ਜੇ ਮੈਂ ਕੰਮ ਕਰੂੰਗਾ ਮੈਂ ਸਰਕਾਰ ਲਈ ਕੁਝ ਲੈ ਕੇ ਜਾਊਂਗਾ ਸਰਕਾਰ ਦਾ ਉਸ ਬੈਨੀਫਿਟ ਹੋਊਗਾ ਸਰਕਾਰ ਕਿਉਂ ਨਹੀਂ ਮਨਸਾਤ ਦੋਗੀ ਤੁਸੀਂ ਮੈਨੂੰ ਇੱਕ ਵਾਰ ਦਾ ਜਵਾਬ ਦਿਓ ਜੇ ਮੈਂ ਸਰਕਾਰ ਦੇ ਪ੍ਰਤੀ ਕੁਝ ਕਰ ਰਿਹਾ ਰੈਵਨਿਊ ਜਾਏਗਾ ਉਹਨਾਂ ਨੂੰ ਵੀ 10 ਲੱਖ ਕਰੋੜ ਸਟਾਰਟਅਪ ਇਕੋਸਿਸਟਮ ਨੇ ਰੇਸ ਕੀਤਾ ਜੀ 2014 ਤੋਂ ਲੈ ਕੇ 2022 ਤੱਕ 10 ਲੱਖ ਕਰੋੜ ਸਭ ਤੋਂ ਵੱਡੀ ਸਟਾਰਟਅੱਪ ਦੀ ਕੰਪਨੀ ਫਲਿੱਪਕਾਰਟ ਹੈ ਮੈਂ ਬਾਰ-ਬਾਰ ਕਹਿੰਨਾ ਪੰਜਾਬੀਆਂ ਦੀ ਹੈ। ਪੰਜਾਬੀਆਂ ਦੀ। ਜ਼ੋਮੈਟੋ ਪੰਜਾਬੀ ਦੀ ਹੈ, ਓਲਾ ਪੰਜਾਬੀ ਦੀ ਹੈ। ਜੇ ਇਹਦੇ ਚੋਂ ਅੱਧੀਆਂ ਕੰਪਨੀਆਂ ਵੀ ਪੰਜਾਬ 'ਚ ਹੀ ਰਹਿ ਜਾਂਦੀਆਂ ਜੀ। ਹੂੰ। ਤੁਹਾਨੂੰ ਲੱਗਦਾ 5 ਲੱਖ ਕਰੋੜ ਆਪਾਂ ਇੱਥੇ ਕਿੰਨੀ এমਪਲੋਇਮੈਂਟ ਜਨਰੇਟ ਹੁੰਦੀ? ਕਿ ਪੰਜਾਬ ਕਿਤੇ ਤੋ ਕਿੱਥੇ ਹੁੰਦਾ? ਅੱਜ ਪਿਛੜੇ ਸੂਬਿਆਂ 'ਚ ਆਉਂਦਾ ਪੰਜਾਬ। ਆਂਦਾ ਨਾ। ਤੁਹਾਡਾ ਹੈੱਡ ਆਫਿਸ ਕਿੱਥੇ ਹੈ? ਕਿਨੂੰ ਕਾਊਂਟ ਕਰਦੇ ਹੋ ਤੁਸੀਂ ਪੰਜਾਬ ਨੂੰ, ਲੁਧਿਆਣਾ ਨੂੰ, ਚੰਡੀਗੜ੍ਹ ਨੂੰ, ਮਹਾਲੀ ਨੂੰ? ਨਹੀਂ ਰਜਿਸਟਰਡ ਹੈੱਡ ਆਫਿਸ ਸਾਡਾ ਪੰਜਾਬੀ ਹੈ ਜੀ। ਪੰਜਾਬ ਮੈਨੂੰ ਉਮੀਦ ਹੈ ਵੀ ਪੰਜਾਬ ਸੁਧਰੂਗਾ ਚੇਂਜ ਹੋਊਗਾ ਇਕੋਸਿਸਟਮ ਆਊਗਾ ਮੈਨੂੰ ਉਮੀਦ ਹੈ ਹਜੇ ਵੀ ਉਮੀਦ ਹੈ ਸਰਕਾਰ ਹਜੇ ਵੀ ਕੰਮ ਕਰ ਸਕਦੀ ਹੈ 2 ਸਾਲ ਸਰਕਾਰ ਦੇ ਪਏ ਆ ਮੈਂ ਤਾਂ ਬਿਲਕੁਲ ਕਹਿ ਰਿਹਾ ਤੁਹਾਨੂੰ ਮੈਂ ਸਰਕਾਰ ਨੂੰ ਕਿਸੇ ਨੂੰ ਸੇਵ ਨਹੀਂ ਕਰ ਰਿਹਾ ਹਾਂ ਜਿਹੜੇ ਕੰਮ ਹੋਣੇ ਚਾਹੀਦੇ ਉਹ ਨਹੀਂ ਹੋ ਰਹੇ ਮੈਂ ਇਹ ਵੀ ਤੁਹਾਨੂੰ ਕਹਿ ਰਿਹਾ ਪਰ 2 ਸਾਲ ਹਜੇ ਪਏ ਹੈ ਮੈਨੂੰ ਹਜੇ ਵੀ ਉਮੀਦ ਹੈ ਵੀ ਸਰਕਾਰ ਕੰਮ ਕਰ ਸਕਦੀ ਹੈ ਨੀਅਤ ਤੇ ਨੀਤੀ ਦੋ ਲਗ ਲਗ ਚੀਜ਼ਾਂ ਨੇ ਨੀਤੀ ਚ ਕਿਤਨਾ ਕਿਤੇ ਕੰਮ ਕਰਨ ਦੀ ਲੋੜ ਹੈ ਨੀਅਤ ਭਾਵੇਂ ਠੀਕ ਹੋਵੇ ਤ੍ਰਿਸ਼ਨੀ ਤਰੋੜਾ ਪੋਲਿਟੀਸ਼ੀਅਨ ਸੁਣਨ ਨੂੰ ਚੰਗਾ ਲੱਗ ਰਿਹਾ ਤੁਹਾਨੂੰ ਨਹੀਂ ਕਿਉਂ ਮੈਂ ਬਿਜ਼ਨਸਮੈਨ ਹਾਂ ਔਰਟਰਪ੍ਰੈਨਿਅਰ ਹਾਂ ਮੰਤਰੀ ਕੈਬਨਿਟ ਮੰਤਰੀ ਇੱਕ ਬਿਲਕੁਲ ਕਾਈਂਡ ਆਫ ਕਹਿੰਦੇ ਕਿ ਸਟੇਟਸ ਨੂੰ ਵੀ ਕਈ ਵਾਰ ਜਿਹੜੇ ਮਿਨਿਸਟਰ ਔਰ ਚੀਫ ਮਿਨਿਸਟਰ ਚਾਹੀਦੇ ਨੇ ਜਿਹੜੇ ਸੀਈਓ ਦੀ ਤਰ੍ਹਾਂ ਆਪਰੇਟ ਕਰਨ ਨਹੀਂ ਆਪਰੇਟ ਕਰਨ ਤੁਸੀਂ ਕਿਉਂ ਨਹੀਂ ਨਹੀਂ ਮੈਂ ਆਮ ਨਾਟ ਆਮ ਨਾਟ ਅਪ ਫੋਰ ਪੋਲਿਟਿਕਸ ਮੈਂ ਮੈਂ ਆਈ ਵਾਂਟ ਟੂ ਕ੍ਰੀਏਟ ਸਮਥਿੰਗ ਫਾਰ ਦ ਸੋਸਾਇਟੀ ਆਈ ਵਾਂਟ ਟੂ ਕ੍ਰੀਏਟ ਸਮਥਿੰਗ ਫਾਰ ਦ ਐਨਟਾਇਰ ਨੇਸ਼ਨ ਐਂਡ ਇੰਡੀਆ ਤੋਂ ਕ੍ਰੀਏਟ ਕਰਕੇ ਇੰਡੀਆ ਬਹੁਤ ਗਰੋਇੰਗ ਕੰਟਰੀ ਹੈ ਮੈਂ ਇਸ ਜਿਹੜੀ ਪ੍ਰੋਗਰੈਸਿਵ ਇੰਡੀਆ ਦੇ ਪ੍ਰਤੀ ਕੁਝ ਕਰਨਾ ਚਾਹਨਾ ਤੇ ਉਹ ਅਸੀਂ ਵੈਲਿਊ ਐਡ ਕਰ ਰਹੇ ਹਾਂ ਇੰਡੀਆ ਗਰੋ ਹੋ ਰਿਹਾ ਟੈਕਨੀਕਲੀ ਗਰੋ ਹੋ ਰਿਹਾ ਤੇ ਸਿਕਿਉਰਿਟੀ ਉਹਦਾ ਸੈਂਟਰ ਪੁਆਇੰਟ ਹੈ ਮੈਂ ਇਹਦੇ ਵਿੱਚ ਕੰਮ ਕਰ ਰਿਹਾ ਆਮ ਹੈਪੀ ਵਾਟ ਆਮ ਡੂਇੰਗ ਬਟ ਯੈਸ ਜੇ ਮੇਰੀ ਕਿਤੇ ਵੀ ਲੋਡ ਹੈ ਮੈਂ ਕੁਝ ਕਰ ਸਕਦਾ ਹੋਇਆ ਮੈਂ ਜ਼ਰੂਰ ਕਰਨ ਲਈ ਹਮੇਸ਼ਾ ਤਿਆਰ ਹਾਂ ਤੇ ਮੈਂ ਕਰ ਵੀ ਰਿਹਾ ਹਾਂਗਾ ਚਲੋ ਮੇਰਾ ਲਾਸਟ ਕੁਐਸਚਨ ਜਿਹੜੇ ਥੋੜੇ ਬਹੁਤ ਹੈਕਿੰਗ ਕਰ ਰਹੇ ਹੈ ਇਸ ਸਮੇਂ ਬੱਚੇ ਜਿਨ੍ਹਾਂ ਨੇ ਆਪਣੇ ਫਾਦਰ ਦਾ ਪਾਸਵਰਡ ਕ੍ਰੈਕ ਕਰ ਲਿਆ ਤ੍ਰਿਸ਼ਨੀ ਦਾ ਰੋੜਾ ਉਹਨਾਂ ਨੂੰ ਕੀ ਕਹਿਣਗੇ ਚੰਗੀ ਗੱਲ ਹੈ ਕਰਨਾ ਚਾਹੀਦਾ ਹੈ ਵਰਨਾ ਚਾਹੀਦਾ ਹੈ ਮਤਲਬ ਕਦੋਂ ਬੱਚੇ ਨੂੰ ਪਤਾ ਲੱਗ ਜਾਏਗਾ ਕਿ ਹਾਂ ਸਾਈਬਰ ਸਿਕਿਉਰਿਟੀ ਕਿਉਂਕਿ ਅੱਜ ਕੱਲ ਤਾਂ ਮੈਂ ਦੇਖ ਰਿਹਾ ਕਿ ਜਿਹੜੇ ਬੀਟੈਕ ਬੱਚੇ ਕਰ ਰਹੇ ਹਨ ਉਹਨਾਂ ਦੇ ਅਲੱਗ-ਅਲੱਗ ਆ ਗਿਆ ਕਿ ਸਾਈਬਰ ਸਿਕਿਉਰਿਟੀ ਤੁਸੀਂ ਸਪੈਸ਼ਲਾਈਜੇਸ਼ਨ ਕਰ ਲੋ AI ਟੂਲ ਬਹੁਤ سارے ਆ ਗਏ ਹਨ ਮਤਲਬ ਬੇਸਿਕਲੀ ਜਿਹੜੀ ਅੰਦਰੋਂ ਆਵਾਜ਼ ਆ ਉਹ ਕਿਵੇਂ ਪਤਾ ਲੱਗੇਗੀ ਇੱਕ 15 16 17 ਸਾਲ ਦੇ ਬੱਚੇ ਨੂੰ ਥੋੜੇ ਟਿਪਸ ਦੇਣਾ ਕਿ ਕਿਸੇ ਦਾ ਭਲਾ ਹੋਵੇ ਬੱਚੇ ਦਾ ਨਹੀਂ ਨਹੀਂ 100% ਜੇ ਤੁਹਾਨੂੰ ਲੱਗਦਾ ਵੀ ਤੁਸੀਂ ਇਹ ਚ ਕਰੀਅਰ ਬਣਾ ਸਕਦੇ ਹੋ ਤੁਸੀਂ ਇਹਦੇ ਚ ਕੁਝ ਕਰ ਸਕਦੇ ਹੋ ਨਹੀਂ ਹੋ ਸਕਦਾ ਨਾ ਕਿ ਕੋਈ ਬੈਠ ਕੇ ਆਪਣੇ ਫਾਦਰ ਦਾ ਪਾਸਵਰਡ 25 30 ਵਾਰ ਅਲੱਗ-ਅਲੱਗ ਭਰੇ ਇੱਕ ਵਾਰੀ ਜਾ ਕੇ ਕ੍ਰੈਕ ਹੋ ਜਵੇ ਹਣ ਲੱਗੇਗੇ ਯਾਰ ਮੈਂ ਤਾਂ ਤ੍ਰਿਸ਼ਨੀ ਅਡੋੜਾ ਬਣ ਸਕਦਾ ਇਹ ਪੋਸਿਬਿਲਟੀ ਹੈ ਨਾ ਦੇਖੋ ਜੇ ਮੈਂ ਇਹ ਤਾਂ ਬਿਲਕੁਲ ਤੁਹਾਡੀ ਗੱਲ ਜੇ ਮੈਂ ਇੱਥੇ ਪਹੁੰਚਦਾ ਨਾ ਜੀ ਤਾਂ ਮੈਂ ਨਾਦਾ 90% ਯੂਥ 100% ਮੇ ਤੋਂ ਮੇ ਤੋਂ ਬੈਟਰ ਅਚੀਵ ਕਰ ਸਕਦਾ ਹਾਂ ਮੈਂ ਇਸ ਕਾਲ ਦਾ ਆ ਵਿਟનેસ ਹੈ ਇਹ ਬਿਲਕੁਲ ਹੋ ਸਕਦਾ ਹੈ ਨੀਅਤ ਤੇ ਨੀਤੀ ਆਪਣੇ ਦੋ ਜਿਹੜਾ ਠੀਕ ਹੋਣ ਸਹੀ ਪਾਸਤੇ ਹੋਈਏ ਤੇ ਨੀਅਤ ਸਾਫ਼ ਹੋਵੇ ਤਾਂ ਕੋਈ ਵੀ ਕੁਝ ਵੀ ਲਾਈਫ ਚ ਅਚੀਵ ਹੋ ਸਕਦਾ ਹੈ ਚਲੋ ਸ਼ੁਕਰੀਆ ਬਹੁਤ-ਬਹੁਤ ਤਨਵਾਦ ਸਟਾਰ ਨਾਲ ਜੁੜਨ ਦੇ ਲਈ ਬਹੁਤ ਬਹੁਤ ਦੇਖੋ ਆਪਣੀ ਮੁਲਾਕਾਤ ਹੋਈ ਹੈ ਤੇ ਹੋਪਫੁਲੀ ਇੱਕ ਨਵੇਂ ਅਵਾਰਡ ਤੇ ਇੱਕ ਨਵੀਂ ਅਚੀਵਮੈਂਟ ਦੇ ਨਾਲ ਆਪ ਦੁਬਾਰਾ ਮਿਲਾਂਗੇ ਇਸੇ ਸਟੇਜ ਤੇ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਹੋਪਫਲੀ ਬਹੁਤ ਸਾਰੀਆਂ ਗੱਲਾਂ ਤੁਹਾਡੇ ਤੱਕ ਵੀ ਪਹੁੰਚੀਆਂ ਹੋਣਗੀਆਂ ਮੈਂ ਜੋ ਜ਼ਿਕਰ ਸਟਾਰਟਿੰਗ ਦੇ ਵਿੱਚ ਕੀਤਾ ਸੀ ਮੈਂ ਆਖਿਰ ਵਿੱਚ ਉੱਥੇ ਹੀ ਕਰੂੰਗਾ ਕਿ ਇਨਸਪਾਇਰ ਹੋਣਾ ਔਰ ਇਨਸਪਾਇਰ ਕਰਨਾ ਇੱਕ ਵੱਖਰੀ ਚੀਜ਼ ਹੈ ਪਰ ਉਸ ਦੇ ਉੱਤੇ ਅਮਲ ਕਰਨਾ ਇਹ ਇੱਕ ਬਿਲਕੁਲ ਡਿਫਰੈਂਟ ਹੈ ਜੋ ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਮੈਨੂੰ ਸਮਝ ਆਇਆ ਕਿ ਹਾਂ ਉਹਨਾਂ ਦਾ ਨਾਮ ਸੁਣ ਕੇ ਉਹਨਾਂ ਦੀਆਂ ਅਚੀਵਮੈਂਟ ਸੁਣ ਕੇ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਜਾਂ ਤੁਸੀਂ ਖੁਦ ਕੁਝ ਵੱਖਰਾ ਕਰਨ ਦੀ ਸੋਚੋ ਪਰ ਉਹਨਾਂ ਦੀ ਮਿਹਨਤ ਨੂੰ ਵੀ ਤੁਹਾਨੂੰ ਦੇਖਣਾ ਹੋਵੇਗਾ ਕਿ ਉਹਨਾਂ ਨੇ ਕਿਵੇਂ ਇਹ ਅਚੀਵ ਕੀਤਾ ਹੈ ਕਿੰਨੀ ਮਿਹਨਤ ਇਸ ਦੇ ਪਿੱਛੇ ਲੱਗੀ ਹੋਈ ਹੈ ਇਸ ਗੱਲਬਾਤ ਦੇ ਵਿੱਚ ਇਹ ਨਹੀਂ ਇਜਾਜ਼ਤ ਦਿਓ ਧੰਨਵਾਦ